ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਸਵਾਗਤ ਹੈ ਦੋਸਤੋ ਤੇ ਥੋੜੀ ਜਿਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਮਨ ਦੇ ਵਿੱਚ ਖਿਆਲ ਆਵੇਗਾ ਕਿ ਪਹਿਲਾਂ ਅਕਾਲ ਚੈਨਲ ਦੀ ਟੀਮ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਮੁੱਚਾ ਗਲਿਆਰਾ ਗਲੀਆਂ ਬਾਜ਼ਾਰ ਜਿਵੇਂ ਮੈਂ ਗੱਲ ਕਰਾਂ ਤੇ ਸੁਲਤਾਨਬੰਦ ਰੋਡ ਅਨੇਕਾਂ ਥਾਵਾਂ ਦੇ ਉੱਪਰ ਪਿੰਗਲਵਾੜਾ ਸਾਰੇ ਕਵਰ ਕੀਤੇ ਸੈਨੀਟਾਈਜ਼ ਕੀਤਾ ਅੱਜ ਇੱਥੇ ਹੋਣ ਦਾ ਸਾਡਾ ਬੜਾ ਵੱਡਾ ਕਾਰਨ ਸੀ ਕਿ ਤੇ ਸਿੰਘ ਸਾਹਿਬ ਨੇ ਬੜੇ ਪਿਆਰ ਦੇ ਨਾਲ ਸਾਡੀ ਅਕਾਲ ਚੈਨਲ ਦੀ ਟੀਮ ਨੂੰ ਨਿਯੋਤਾ ਦਿੱਤਾ ਸੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਨੇ ਕਿਹਾ ਸੀ ਕਿ ਭਾਈ ਸਾਹਿਬ ਤੁਸੀਂ ਸਾਰੀ ਟੀਮ ਇੱਥੇ ਆਓ ਤੇ ਆਪਾਂ ਤਖਤ ਸਾਹਿਬ ਦੀਆਂ ਸਮੁੱਚੀਆਂ ਇਮਾਰਤਾਂ ਜਿੰਨੀ ਵੀ ਜਗ੍ਹਾ ਹੈ ਸਾਰੀ ਸੈਨੀਟਾਈਜ਼ ਕਰਦੇ ਆ ਤੇ ਮੈਂ ਥੋੜੀ ਜਿਹੀ ਤੁਹਾਨੂੰ ਇੱਥੇ ਹੋਰ ਵੀ ਜਾਣਕਾਰੀ ਦੇ ਦਿਆਂ ਇੱਥੇ ਸੈਨੀਟਾਈਜ਼ ਕਰਨ ਦਾ ਮੇਨ ਮਕਸਦ ਹੋਰ ਵੀ ਹੈ ਕਰੀਬ ਇੱਥੇ 500 ਦੇ ਕਰੀਬ ਮੈਂ ਫਿਰ ਇੱਕ ਵਾਰੀ ਦੁਬਾਰਾ ਗਿਣਤੀ ਦੇ ਦਿਆਂ 500 ਦੇ ਕਰੀਬ ਪੁਰਾਣੀ ਇੱਥੇ ਰਹਿ ਰਹੇ ਨੇ ਹੁਣ ਮਨ 'ਚ ਖਿਆਲ ਆਵੇਗਾ ਵੀ ਇੱਥੇ ਕਿਉਂ ਰਹਿ ਰਹੇ ਨੇ ਕਿਉਂਕਿ ਉਹਨਾਂ ਨੂੰ ਇੱਥੇ ਕੁਆਰੰਟਾਈਨ ਕੀਤਾ ਗਿਆ ਹੈ। ਇੱਥੇ ਨਾਮ ਹੈ ਮਾਤਾ ਸਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਬਠਿੰਡਾ। ਜਿਹਨੂੰ ਸਾਬੋ ਕੀ ਤਲਵੰਡੀ ਵੀ ਆਪਾਂ ਕਹਿ ਦਿੰਦੇ ਹਾਂ ਤਲਵੰਡੀ ਸਾਬੋ ਬਠਿੰਡਾ। ਚੇਤੇ ਰੱਖਿਆ ਜੀ ਇੱਥੇ ਕਰੀਬ 480 ਤੋਂ 500 ਜਿਨ੍ਹਾਂ ਦੇ ਵਿੱਚ ਬੱਚੇ ਵੀ ਨੇ, ਜਿਨ੍ਹਾਂ ਵਿੱਚ ਜਵਾਨ ਵੀ ਨੇ, ਜਿਨ੍ਹਾਂ ਦੇ ਵਿੱਚ ਬੁੱਢੇ ਵੀ ਨੇ। ਉਹਨਾਂ ਦੇ ਲੰਗਰ ਪ੍ਰਸ਼ਾਦ ਦੀ ਵਿਵਸਥਾ ਤੱਕ ਸੈਭ ਤੋਂ ਹੋ ਰਹੀ ਹੈ। ਉਹਨਾਂ ਦੇ ਸਾਰੇ ਜਿਹੜੇ ਪ੍ਰਬੰਧ ਨੇ ਤੱਕ ਸੈਭ ਤੋਂ ਹੋ ਰਹੇ ਨੇ ਉਹਨਾਂ ਦੀ ਚੈੱਕਅਪ ਹੋ ਰਹੀ ਹੈ, ਮੈਡੀਸਨ ਦਾ ਸਾਰ ਤੇ ਇੱਥੇ ਮਨ ਦੇ ਵਿੱਚ ਖਿਆਲ ਆਇਆ ਵੀ ਕਰੀਬ ਜਿੱਥੇ 500 ਪ੍ਰਾਣੀਆਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ ਇੱਥੇ ਰਹਿ ਰਹੇ ਨੇ ਤੇ ਉਹਨਾਂ ਦੇ ਵਾਸਤੇ ਕਿਉਂਕਿ ਉਹ ਭਾਵੇਂ ਕੀ ਅੰਦਰੋਂ ਬਾਹਰ ਨਹੀਂ ਆ ਸਕਦੇ ਪਰ ਸਮੁੱਚੀ ਇਮਾਰਤ ਸਮੁੱਚਾ ਪਾਰਕ ਸਮੁੱਚੀਆਂ ਜਿਹੜੀਆਂ ਜਾ ਰਹੀਆਂ ਨੇ ਸੜਕਾਂ ਇਹ ਸਾਰੀਆਂ ਅਸੀਂ ਸੈਨੀਟਾਈਜ਼ ਕਰ ਦਈਏ ਇਹਨਾਂ ਨੂੰ ਸੈਨੀਟਾਈਜ਼ ਕਰਨ ਦਾ ਮੇਨ ਮਕਸਦ ਇਹ ਹੈ ਵੀ ਕਿਸੇ ਵੀ ਪ੍ਰਾਣੀ ਨੂੰ ਕੋਈ ਦਿੱਕਤ ਨਾ ਆਵੇ ਦੋਸਤੋ ਮੈਂ ਫਿਰ ਬੇਨਤੀ ਇੱਕ ਵਾਰੀ ਕਰ ਦਿਆਂ ਪਿਛਲੇ ਦਿਨਾਂ ਦੇ ਅੰਦਰ ਮੈਂ ਕਈ ਵਾਰੀ ਸੋਚਦਾ ਹੁੰਨਾ ਵੀ ਸਿੱਖਾਂ ਨੂੰ ਬਦਨਾਮ ਕਰਨ ਦਾ ਬੜਾ ਵਧੀਆ ਤਰੀਕਾ ਲੱਭ ਜਾਂਦਾ ਹੈ। ਅਨੇਕ ਤਰੀਕੇ ਨਾਲ ਗੱਲ ਕਹਿ ਦਿੱਤੀ ਜਾਂਦੀ ਹੈ ਹੋਲੇ-ਮਹਲੇ ਤੋਂ ਸੰਗਤ ਆਈ ਸੀ। ਸਰਕਾਰਾਂ ਨੂੰ ਆਪਣੀਆਂ ਨਲਾਇਕੀਆਂ ਲਕਾਉਣ ਵਾਸਤੇ ਕਿੰਨਾ ਵਧੀਆ ਮੁੱਦਾ ਮਿਲ ਜਾਂਦਾ ਹੈ। ਕਦੀ ਕਹਿੰਦੇ ਸੰਗਤ ਖਜੂਰ ਸਾਹਿਬ ਤੋਂ ਆਈ ਸੀ। ਮੈਂ ਕਈ ਵਾਰੀ ਕਹਿਣਾ ਹੁੰਨਾ ਵੀ ਜੇ ਸੰਗਤ ਖਜੂਰ ਸਾਹਿਬ ਤੋਂ ਆਈ ਸੀ ਖਜੂਰ ਸਾਹਿਬ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ। ਬਾਰਡਰ ਟੌਪ 'ਦਿਆਂ ਸਾਰ ਕਿਹੜੀ ਅਸੀਂ ਪ੍ਰੋਬਲਮ ਆ ਗਈ ਵੀ ਇੱਕਦਮ ਕਹਿ ਦਿੱਤਾ ਵੀ ਸੰਗਤ ਖਜੂਰ ਸਾਹਿਬ ਤੋਂ ਆਈ ਸੀ। ਹੁਣ ਇਹ ਜਿਹੜੀ ਸੰਗਤ ਹੈ ਥਾਂ-ਥਾਂ ਕੋਈ ਰਾਜਸਥਾਨ ਤੋਂ ਆਇਆ ਹੋਇਆ ਕੋਈ ਹਜੂਰ ਸਾਹਿਬ ਤੋਂ ਆਇਆ ਹੋਇਆ ਕੋਈ ਹੋਰ ਕਿਸੇ ਥਾਂ ਤੋਂ ਆਇਆ ਉਹ ਸਾਰੇ ਇੱਥੇ ਕੁਆਰੰਟਾਈਨ ਕੀਤੇ ਗਏ ਨੇ ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਕੋਈ ਪ੍ਰੋਬਲਮ ਕਿਸੇ ਨੂੰ ਨਾ ਆਵੇ ਕਿਸੇ ਨੂੰ ਕੋਈ ਇਨਫੈਕਸ਼ਨ ਨਾ ਹੋਵੇ ਤੇ ਅਰਦਾਸ ਵੀ ਕਰਦਾ ਮੈਂ ਕਿ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਣ ਇਸ ਕਰਕੇ ਅੱਜ ਅਕਾਲ ਚੈਨਲ ਦੀ ਸਮੁੱਚੀ ਟੀਮ ਅਤੇ ਸਾਡੇ ਬੜੇ ਕੀ ਪਿਆਰੇ ਵੀਰ ਜਗਤ ਸੁਖ ਇੰਡਸਟਰੀ ਦੇ ਸਾਰੇ ਨਮਾਇंदे ਇੱਥੇ ਪਹੁੰਚੇ ਨੇ ਤੇ ਮੈਂ ਸਭਨਾਂ ਦਾ ਸੰਗਤਾਂ ਦਾ ਦੇਸ਼ਾਂ ਤੇ ਵਿਦੇਸ਼ਾਂ ਦਾ ਧੰਨਵਾਦੀ ਹਾਂ ਤੁਸੀਂ ਸਾਨੂੰ ਬੜਾ ਪਿਆਰ ਕਰਦੇ ਹੋ ਬੜਾ ਸਹਿਯੋਗ ਕਰਦੇ ਹੋ ਤੁਹਾਡਾ ਪਿਆਰ ਤੇ ਸਹਿਯੋਗ ਸਾਨੂੰ ਥੱਕਣ ਤੇ ਅੱਕਣ ਦੀ ਦਿੰਦਾ ਇਸ ਕਰਕੇ ਅਸੀਂ ਦੌੜੇ ਚੱਲੇ ਜਾਂਦੇ ਆ ਤੇ ਅੱਜ ਫੇਰ ਜਦੋਂ ਸਵੇਰੇ ਸਾਡੀ ਟੀਮ ਅੰਮ੍ਰਿਤਸਰ ਤੋਂ ਚੱਲੀ ਹੈ ਮਖੂ ਤੋਂ ਚੱਲੀ ਹੈ ਲੁਧਿਆਣੇ ਤੋਂ ਚੱਲੀ ਹੈ ਜਦੋਂ ਅਸੀਂ ਇੱਥੇ ਆਪਣੀਆਂ ਸਿੰਘ ਸਾਹਿਬ ਨੇ ਬੜੇ ਪਿਆਰ ਦੇ ਨਾਲ ਸਾਨੂੰ ਜੀਓ ਆ ਆਖਿਆ ਗਲਬਕੜੀ ਦੇ ਵਿੱਚ ਲਿਆ ਤੇ ਅਸੀਂ ਬੜੇ ਪਿਆਰ ਦੀ ਗਲਬਕੜੀ ਮੈਂ ਫੇਰ ਬੇਨਤੀ ਕਰਦੇ ਆ ਇਹਨੂੰ ਇਕੱਲੇ ਫਿਜ਼ੀਕਲ ਦੀ ਨਹੀਂ ਲੈਣਾ ਪਿਆਰ ਦੀ ਗਲਬਕੜੀ ਦੇ ਵਿੱਚ ਲਿਆ ਲੰਗਰ ਪ੍ਰਸ਼ਾਦ ਦਾ ਸਖਿਆ ਤੋਂ ਉਸ ਤੋਂ ਬਾਅਦ ਅਸੀਂ ਸਵੇਰ ਦੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਪਏ ਆ ਇੱਥੇ ਕਰੀਬ ਸਾਰਾ ਦਿਨ ਅਸੀਂ ਸੇਵਾਵਾਂ ਪ੍ਰਦਾਨ ਕਰਾਂਗੇ ਕੱਲ ਸਾਡੀ ਟੀਮ ਨੇ ਖੁਰਨਾ ਪਾਸਿਆਂ ਤੇ ਜਾਣਾ ਪਰ ਦੋਸਤੋ ਮੈਂ ਤੁਹਾਨੂੰ ਦੱਸ ਦਿਆਂ ਪੰਜਾਬ ਦੇ ਅੰਦਰ ਕਰੀਬ ਤਿੰਨ ਤਖਤ ਸਾਹਿਬ ਨੇ ਜੇ ਗੱਲ ਕਰਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਵੀ ਅਸੀਂ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਦਿੱਤੀਆਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਅੱਜ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਪਏ ਆਉਣ ਵਾਲੇ ਦਿਨਾਂ ਦੇ ਅੰਦਰ ਦੀ ਜੇ ਮੈਂ ਗੱਲ ਕਰਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੇ ਅਸੀਂ ਚੱਲੇ ਪਾਉਣੇ ਨੇ ਭਾਵਾਂ ਕਿ ਸਾਨੂੰ अनेका ਇਤਿਹਾਸਿਕ ਗੁਰਦੁਆਰਿਆਂ ਦੇ ਮੈਨੇਜਰ ਸਾਹਿਬ ਦਾ ਐਸਡੀਪੀਸੀ ਮੈਂਬਰਸ ਦਾ ਇੱਥੋਂ ਤੱਕ ਵੀ अनेਕਾਂ ਦੀ ਕਾਲ ਆ ਰਹੀ ਹੈ ਕਿ ਭਾਈ ਸਾਹਿਬ ਮੈਂ ਕਿਹਾ ਜੀ ਕਹਿੰਦੇ ਕਿ ਸਮੂਚੀ ਅਕਾਲ ਚੈਨਲ ਦੀ ਟੀਮ ਨੂੰ ਬੇਨਤੀ ਕਰੋ ਸਾਡੇ ਇਤਿਹਾਸਿਕ ਗੁਰਦੁਆਰਾ ਸਹਿਬਾਨਾਂ ਦੇ ਅੰਦਰ ਵੀ ਪਹੁੰਚਣ ਮੈਂ ਫਿਰ ਬੇਨਤੀ ਕਰਦਿਆਂ ਬੜਾ ਯਤਨ ਕਰਾਂਗੇ ਕੋਸ਼ਿਸ਼ ਕਰਾਂਗੇ ਵੀ ਥਾਂ ਥਾਂ ਤੇ ਜਿੱਥੇ ਸਾਡੇ ਕੋਲ ਪਹੁੰਚਿਆ ਜਾਂਦਾ ਅਸੀਂ ਪਹੁੰਚੀਏ ਜ਼ਰੂਰ ਪਹੁੰਚੀਏ ਕਿਉਂਕਿ ਇੱਕ ਵਕਤ ਦੀ ਸੇਵਾ ਹੈ ਤੇ ਮੇਰੇ ਖਿਆਲ ਦੇ ਵਿੱਚ ਇਹਨਾਂ ਦਿਨਾਂ ਵਿੱਚ ਇਸ ਤੋਂ ਵੱਡੀ ਕੀ ਸੇਵਾ ਹੋ ਸਕਦੀ ਹੈ ਧੰਨਵਾਦ ਹੀਆਂ ਜਿਹੜੇ ਵੀਰ ਰਾਸ਼ਨ ਵੰਡਦੇ ਨੇ ਧੰਨਵਾਦ ਹੀਆਂ ਜਿਹੜੇ ਲੋਡ ਬੰਦਾਂ ਨੂੰ ਸੰਭਦੇ ਨੇ ਧੰਨਵਾਦ ਹੀਆਂ ਸਭਨਾਂ ਦਾ ਪਰ ਕਿਤੇ ਨਾ ਕਿਤੇ ਇਹਨਾਂ ਦਿਨਾਂ ਦੇ ਵਿੱਚ ਵਕਤ ਦੇ ਹਿਸਾਬ ਦੀ ਇਹ ਸੇਵਾ ਕਰਨਾ ਸਾਡਾ ਇਖਲਾਕੀ ਫਰਜ਼ ਬਣਦਾ ਸੀ ਗਲੀਆਂ ਸੜਕਾਂ ਬਾਜ਼ਾਰ ਗੁਰਦੁਆਰੇ ਖਾਸ ਕਰਕੇ ਸਰਾਮਾਂਬਲ ਸਾਡਾ ਧਿਆਨ ਤਾਂ ਗਿਆ ਕਿਉਂਕਿ ਜਿੱਥੇ ਦੋਸਤੋ ਮੈਂ ਤੁਹਾਨੂੰ ਲੈ ਕੇ ਆਇਆ ਮਾਤਾ ਸਾਹਿਬਕੌਰ ਗਰਲ ਕਾਲਜ ਦੇ ਅੰਦਰ ਕਰੀਬ ਇੱਥੇ ਮੇਰੇ ਖਿਆਲ ਦੇ ਵਿੱਚ 250 ਪ੍ਰਾਣੀ ਬੀਬੀਆਂ ਭੈਣਾਂ ਕੋਲ ਮਿਲਾ ਕੇ ਕਰੀਬ 250 ਦੇ ਕਰੀਬ ਬਣਦੇ ਨੇ ਜਿਨ੍ਹਾਂ ਨੂੰ ਇੱਥੇ ਕੁਆਰੰਟਾਈਨ ਕੀਤਾ ਗਿਆ ਉਹ ਸਾਰੇ ਅੰਦਰ ਨੇ ਤੇ ਇਸ ਕਰਕੇ ਇਸ ਇਮਾਰਤ ਨੂੰ ਵਿਸ਼ੇਸ਼ ਤੌਰ ਦੇ ਉੱਪਰ ਅਸੀਂ ਸਾਫ਼ ਸੰਭਾਲ ਦਾ ਖਿਆਲ ਰੱਖਦੇ ਪਏ ਹਾਂ ਕਿ ਕਿਸੇ ਨੂੰ ਪ੍ਰੋਬਲਮ ਆਵੇ ਨਾ ਜੇ ਆਵੇ ਤੇ ਪ੍ਰੋਬਲਮ ਅੱਗੇ ਵਧੇ ਨਾ ਅਸੀਂ ਆਪਣੀਆਂ ਸੇਵਾਵਾਂ ਨੂੰ ਤਤਪਰ ਲੱਗੇ ਹੋਏ ਆ ਸਾਡੀ ਟੀਮ ਦੇ ਵਿੱਚ ਮੇਰੇ ਬੜੇ ਸਤਿਕਾਰਯੋਗ ਵੀਰ ਤੇਜਿੰਦਰ ਸਿੰਘ ਜੀ ਰੰਧਾਵਾ ਮੇਰੇ ਨਾਲ ਨੇ ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਤੇਜਿੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਮੈਂ ਖੁਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਜਿੰਦਰ ਜੀ ਜੇ ਆਪਾਂ ਗੱਲ ਕਰੀਏ ਪਹਿਲਾਂ ਆਪਾਂ ਜਦੋਂ ਅੰਮ੍ਰਿਤਸਰ ਸਾਹਿਬ ਗਏ ਸਾਂ ਬੜਾ ਆਨੰਦ ਆਇਆ ਭਾਵਾਂ ਕਿ ਦੋਸਤੋ ਤੇ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿਆਂ ਇਹਦੇ ਉਹ ਅੰਦਰਲੀ ਤੇ ਬਾਹਰਲੀ ਬੱਕੋ ਬੱਕਰੀ ਹੁੰਦੀ ਹੈ ਜਿਹੜੀ ਬਾਹਰਲੀ ਹੁੰਦੀ ਥੋੜੀ ਸਟ੍ਰੌਂਗ ਹੁੰਦੀ ਹੈ ਜਿਹੜੀ ਅੰਦਰਲੀ ਹੁੰਦੀ ਹੈ ਉਹ ਕਿਸੇ ਕਪੜੇ ਤੇ ਕਿਸੇ ਚੀਜ਼ ਤੇ ਨੁਕਸਾਨ ਨਹੀਂ ਕਰਦੀ ਬਾਹਰਲੀ ਦਵਾਈ ਥੋੜਾ ਜਿਹਾ ਕਪੜਿਆਂ ਦੇ ਉੱਪਰ ਵੀ ਆਪਣਾ ਅਸਰ ਪਾਉਂਦੀ ਹੈ ਵੀਰ ਜੀ ਤੋਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਉੱਥੇ ਸੇਵਾਵਾਂ ਪ੍ਰਦਾਨ ਕੀਤੀਆਂ ਨੇ ਪਿੰਗਲਵਾੜਾ ਤੇ ਆਪਾਂ ਦਰਬਾਰ ਸਾਹਿਬ ਨੂੰ ਆਉਣ ਵਾਲੀਆਂ ਸਾਰੀਆਂ ਗਲੀਆਂ ਸਾਰੇ ਕਬਰ ਕੀਤੇ ਆ ਬਿਲਕੁਲ ਮਖੋਜੀ ਪਹਿਲੋਂ ਤੇ ਜੋ ਜ਼ਿੰਮੇਵਾਰੀਆਂ ਲਗੀਆਂ ਹੈਗੀਆਂ ਚ ਤੁਹਾਡਾ ਬਰਾਬਰ ਦਾ ਯੋਗਦਾਨ ਆ ਜਿਵੇਂ ਜਗਤ ਸੋਖ ਇੰਡਸਟਰੀ ਦੀ ਗੱਲ ਕਰਾਂ ਵੀਰ ਜਿੰਨੇ ਵੀ ਸਵਾਵਾਂ ਨਾਲ ਕਰਾਉਂਦੇ ਹੈਗੇ ਆਪਣੀ ਕਾਲ ਚਲ ਦੀ ਟੀਮ ਪੂਰੀ ਤਤਪਰ ਹੈਗੀ ਆ ਆਪਾਂ ਹੁਣੇ ਤੁਸੀਂ ਗੱਲ ਕੀਤੀ ਕੀ ਪਹਿਲੋਂ ਆਪਾਂ ਕਾਲ ਤੱਕ ਸਭ ਤੇ ਸਵਾਵਾਂ ਕੀਤੀਆਂ ਜੀ ਅੱਜ ਤੱਕ ਅਸੀਂ ਦਮਦਮਾ ਸਾਹ ਪਹੁੰਚੇ ਆ ਗੁਰੂ ਸਾਹਿਬ ਕਿਰਪਾ ਕਰਨ ਐਚਪੀਸੀ ਵੱਲੋਂ ਆਪਾਂ ਮਨਜ਼ੂਰੀ ਲੈਣੇ ਆ ਉਥੋਂ ਦੇ ਮਤਲਬ ਕਿ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੇ ਆ ਉਹ ਤਾਂ ਬੱਚਤ ਵਾਂਗ ਆਰੰਭ ਕਰਦੇ ਆ ਜਿਵੇਂ ਕਿ ਅੱਜ ਦੀ ਸੇਵਾ ਵੀ ਪ੍ਰਸ਼ਾਸਨ ਵੱਲੋਂ ਵੀ ਪ੍ਰਸ਼ਾਸਨ ਤੋਂ ਜਦੋਂ ਇਹ ਤੁਹਾਨੂੰ ਮਨਜ਼ੂਰੀਆਂ ਮਿਲਦੀਆਂ ਨੇ ਕੋਈ ਦਿੱਕਤ ਕੋਈ ਪ੍ਰੋਬਲਮ ਆ ਰਹੀ ਹੈ ਕਿ ਪ੍ਰਸ਼ਾਸਨ ਤੁਹਾਡਾ ਸਹਿਯੋਗ ਕਰ ਰਿਹਾ ਉਹਨਾਂ ਨੂੰ ਪਤਾ ਹੈ ਵੀ ਇਹ ਦਿਨ ਰਾਤ ਸੇਵਾ ਦੇ ਵਿੱਚ ਲੱਗੇ ਹੋਏ ਨੇ ਬਿਲਕੁਲ ਮਖੋ ਜੀ ਉਸ ਦਿਨ ਲਗਾਤਾਰ ਜਿਹਾ ਸਵਾਮਾਂ ਕੀਤੀਆਂ ਸੀ ਆਪਾਂ ਅਮਰਥਾ ਦੋ ਦਿਨ ਦੇ ਵਿੱਚ ਉਸ ਦਿਨ ਦਾ ਪ੍ਰਸ਼ਾਸਨ ਬਹੁਤ ਨਾਲ ਵਧੀਆ ਆਪਣੇ ਨਾਲ ਪੇਸ਼ ਆ ਰਿਹਾ ਵਾ ਤੇ ਜੇ ਗੱਲ ਕਰੀਏ ਇਥੋਂ ਦੇ ਪ੍ਰਸ਼ਾਸਨ ਦੀ ਤੇ ਸਿੰਘ ਸਾਹਿਬ ਨੇ ਆਪ ਅੱਗੇ ਹੋ ਕੇ ਜੀ ਇੱਕ ਲੈਟਰ ਕਢਵਾਈ ਜਿਹਦੇ ਵਿੱਚ ਉਹਨਾਂ ਨੇ ਮੈਨੇਜਰ ਸਾਹਿਬ ਨੂੰ ਲਿਖਵਾ ਕੇ ਇਥੋਂ ਦੇ ਡੀਸੀ ਸਾਹਿਬ ਤੋਂ ਲਿਖਵਾ ਕੇ ਤੇ ਅੰਮ੍ਰਿਤਸਰ ਸਪੈਸ਼ਲ ਤੌਰ ਤੇ ਫੋਨ ਕੀਤਾ ਗਿਆ ਤੇ ਲੁਧਿਆਣੇ ਤੋਂ ਜਦੋਂ ਤੁਹਾਨੂੰ ਬੁਲਾਇਆ ਗਿਆ ਸਪੈਸ਼ਲ ਸਾਰੀਆਂ ਲੈਟਰਾਂ ਘਟੋਈਆਂ ਗਈਆਂ ਸੀ ਬੜਾ ਸਹਿਯੋਗ ਦੇ ਰਿਹਾ ਪਰ ਸਾਾਨੂੰ ਉਹ ਵੇਖ ਰਹੇ ਆ ਕਿ ਤੁਸੀਂ ਕਿਹੋ ਜਿਹਾ ਕਾਰਜ ਕਰ ਰਹੇ ਆ ਜੀ ਬਿਲਕੁਲ ਜੀ ਬੜੀਆਂ ਸੁੰਦਰ ਗੱਲਾਂ ਦੋਸਤੋ ਮੈਂ ਤੁਹਾਨੂੰ ਦੱਸਦਿਆਂ ਆਪਣੇ ਵੀਰ ਤੇਜਿੰਦਰ ਸਿੰਘ ਜੀ ਨੇ ਦੱਸੀਆਂ ਨੇ ਪ੍ਰਸ਼ਾਸਨ ਵੀ ਉਹਦੋਂ ਸਾਥ ਦਿੰਦਾ ਪ੍ਰਸ਼ਾਸਨ ਨੂੰ ਸਾਰਾ ਪਤਾ ਹੁੰਦਾ ਕੌਣ ਵਰਕ ਕਰ ਰਹੇ ਨੇ ਕੌਣ ਤਸਵੀਰਾਂ ਕਰਵਾ ਰਹੇ ਨੇ ਕੌਣ ਅਖਬਾਰਾਂ ਦੇ ਵਿੱਚ ਲਾ ਰਹੇ ਨੇ ਪ੍ਰਸ਼ਾਸਨ ਨੇ ਪਿਛਲੇ ਸਮੇਂ ਦੇ ਵਿਚ ਸਾਡੀਆਂ ਕਾਰਗਜ਼ਾਰੀਆਂ ਦੇਖਦੇ ਹੋਏ ਸਾਨੂੰ ਪਰਮਿਸ਼ਨ ਦੇਣ ਤੋਂ ਕਿਤੇ ਵੀ ਇਨਕਾਰ ਨਹੀਂ ਹੋਏ। ਅਸੀਂ ਰਾਤ ਪਰਮਿਸ਼ਨ ਲੈ ਕੇ ਸਵੇਰੇ ਇੱਥੇ ਆਪੜੇ ਹਾਂ ਕਿਉਂਕਿ ਇਹ ਕਾਰਜ ਜਿਹੜੇ ਨੇ ਸਿਹਤ ਨਾਲ ਜੁੜੇ ਹੋਏ ਨੇ ਇੱਥੇ ਪ੍ਰਸ਼ਾਸਨ ਕਦੀ ਵੀ ਛੇਤੀ ਕਿਤੇ ਰੋਕ ਨਹੀਂ ਲਾਉਂਦਾ। ਹਾਂ ਕੋਈ ਵਿੱਚ ਖੁੱਲੜਬਾਜ਼ ਨਾ ਹੋਵੇ ਜਾਂ ਸਿਰਫ ਵਿਖਾਵੇ ਦਾ ਕੰਮ ਨਾ ਹੋਵੇ। ਜਦੋਂ ਸੇਵਾ ਦੀ ਭਾਵਨਾ ਹੋਵੇ ਤੇ ਮੇਰੇ ਖਿਆਲ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਬਣਦੀ ਵੈਸੇ ਵੀ ਗੁਰੂ ਸਾਹਿਬ ਜੀ ਦੇ ਪਾਵਨ ਬਾਣੀ ਦਾ ਬਚਨ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਖਾਨ ਜਦੋਂ ਸੱਚ ਦੇ ਰਾਹ ਦੇ ਪੰਦੀ ਬਣ ਜਾਂਦੇ ਆ ਤੇ ਦੁਨੀਆ ਵੀ ਉਸਤਤ ਕਰਦੀ ਆ ਖੈਰ ਸਾਨੂੰ ਉਸਤਤ ਦੀ ਲੋੜ ਨਹੀਂ ਸਾਡਾ ਸਭ ਤੋਂ ਵੱਡਾ ਸਨਮਾਨ ਇਹੀ ਹੈ ਜਦੋਂ ਤੁਸੀਂ ਸਾਨੂੰ ਨਿਵਾਜਦੇ ਹੋ ਤੇ ਇੱਕ ਪ੍ਰਾਊਡ ਫੀਲ ਕਰਦੇ ਹੋ ਵੀ ਬੜੇ ਪਿਆਰ ਨਾਲ ਤੁਸੀਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹੋ ਅਸੀਂ ਤੁਹਾਡੇ ਨਾਲ ਹ ਜਦੋਂ ਸੰਗਤ ਇਹਨਾਂ ਕਹਿ ਦਿੰਦੀ ਅਸੀਂ ਤੁਹਾਡੇ ਨਾਲ ਹ ਤੇ ਕਿਤੇ ਨਾ ਕਿਤੇ ਸਾਨੂੰ ਸਕੂਨ ਮਿਲਦਾ ਦੋਸਤੋ ਤੁਸੀਂ ਦੇਖ ਰਹੇ ਹੋ ਇਹ ਸਾਰੇ ਅੰਦਰ ਨੇ ਕਰੀਬ 250 ਪ੍ਰਾਣੀ ਇਸ ਇਮਾਰਤ ਦੇ ਅੰਦਰ ਕੁਆਰੰਟਾਈਨ ਕੀਤਾ ਗਿਆ ਹੈ 250 ਦੇ ਕਰੀਬ ਜਿਨ੍ਹਾਂ ਦੇ ਵਿੱਚ ਛੋਟੇ ਬੱਚੇ ਵੀ ਨੇ ਬੀਬੀਆਂ ਵੀ ਨੇ ਬਜ਼ੁਰਗ ਵੀ ਨੇ ਪਰ ਮੈਂ ਵੈਗਰੂ ਦੇ ਅੱਗੇ ਅਰਦਾਸ ਕਰਦਾ ਹਾਂ ਸਾਰੇ ਹੀ ਚੜ੍ਹਦੀ ਕਲਾ ਦੇ ਵਿੱਚ ਹੋਣ ਵੈਕਸੇ ਉਹਨਾਂ ਦੇ ਟੈਸਟ ਹੋ ਰਹੇ ਨੇ ਫਿਲਹਾਲ ਇੱਕ ਵੀ ਕਰੋਨਾ ਪੋਜ਼ਿਟਿਵ ਉਹਨਾਂ ਦੇ ਵਿੱਚੋਂ ਨਹੀਂ ਆਇਆ ਤੇ ਮੈਂ ਆਸ ਕਰਦਾ ਮਾਂ ਕੋਈ ਵੀ ਕਰੋਨਾ ਪੋਜ਼ਿਟਿਵ ਨਾ ਹੋਵੇ ਵੈਗਰੂ ਦੇ ਚਰਨਾਂ ਦੇ ਵਿੱਚ ਇਹ ਮੇਰੀ ਦਿਲੋਂ ਅਰਦਾਸ ਹੈ ਪਰ ਮੈਂ ਫਿਰ ਵੀ ਬੇਨਤੀ ਕਰਦਾ ਮਾਂ ਭਾਵੇਂ ਇੱਥੇ ਕੋਈ ਕਰੋਨਾ ਪੋਜ਼ਿਟਿਵ ਨਹੀਂ ਹੈ ਪਰ ਫਿਰ ਵੀ ਅਸੀਂ ਦਿਨ ਰਾਤ ਲੱਗੇ ਹੋਇਆ ਕਈ ਸੱਜਣ ਕਹਿ ਦਿੰਦੇ ਵੀ ਇੱਥੇ ਕੋਈ ਕਰੋਨਾ ਪੋਜ਼ਿਟਿਵ ਤੇ ਹੈ ਨਹੀਂ ਤੇ ਤੁਸੀਂ ਲਗਾਤਾਰ ਆਪਣੀਆਂ ਸੀਮਾਵਾਂ ਕਿਉਂ ਪ੍ਰਦਾਨ ਕਰਦੇ ਹੋ ਦੋਸਤੋ ਜ਼ਰੂਰੀ ਨਹੀਂ ਹੁੰਦਾ ਕਿ ਪੋਲੀਓ ਖੋਵੇਗਾ ਤੇ ਪੋਲੀਓ ਬੂੰਦਾ ਪਹਲਾਵਾਂਗੇ ਸਰਕਾਰਾਂ ਪੋਲੀਓ ਬੂੰਦਾ ਪਹਿਲਾਂ ਹੀ ਪਹਲਾ ਦਿੰਦੀਆਂ ਨੇ ਵੀ ਕਿਸੇ ਨੂੰ ਕਿਸੇ ਪ੍ਰਕਾਰ ਪੋਲੀਓ ਦੀ ਪ੍ਰੋਬਲਮ ਨਾ ਹੋਵੇ ਸੋ ਇਹ ਪ੍ਰਬੰਧ ਪਹਿਲਾਂ ਚਾਹੀਦੇ ਨੇ ਗੁਰਬਾਨੀ ਦਾ ਪਾਵਨ ਬਚਨ ਅੱਗੋਂ ਦੇ ਜੇ ਚੇਤੀ ਆ ਤਕਾਇਤ ਮਿਲ ਸਜਾਏ ਜੇ ਆਉਣ ਵਾਲੀ ਕਿਸੇ ਵੀ ਚੀਜ਼ ਦਾ ਮੁਕਾਬਲੇ ਦੀ ਤਿਆਰੀ ਪਹਿਲਾਂ ਕੀਤੀ ਹੋਵੇ ਤੇ ਫਿਰ ਦਿੱਕਤਾਂ ਨਹੀਂ ਆਉਂਦੀ ਆ ਸੋ ਉਸ ਕਰਕੇ ਅਸੀਂ ਸਾਰੀਆਂ ਤਿਆਰੀਆਂ ਪਹਿਲਾਂ ਕਰ ਚੁੱਕੇ ਆਂ ਔਰ ਲਗਾਤਾਰ ਲੱਗੇ ਹੋਏ ਆਂ ਜਿੱਥੇ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਔਰ ਤੇ ਫਿਲਹਾਲ ਦੀ ਕੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰਨ ਸਾਨੂੰ ਆਪਣਾ ਸਹਿਯੋਗ ਦੇ ਰਹੇ ਨੇ ਤੇ ਇਹਨਾਂ ਸਾਰਿਆਂ ਦੇ ਸਹਿਯੋਗ ਲਾ ਕੇ ਅਸੀਂ ਦਿਨ ਰਾਤ ਆਪਣੇ ਕਾਰਜਾਂ ਵਿੱਚ ਲੱਗੇ ਹੋਏ ਆਂ ਪਹਿਲਾਂ ਵੀ ਦੋ ਦਿਨ ਤੁਹਾਨੂੰ ਪਤਾ ਅਮਰitsar ਸਾਹਿਬ ਦੀ ਧਰਤੀ ਤੇ ਗੁਜ਼ਾਰੇ ਨੇ ਹਾਂ ਮੈਂ ਫਿਰ ਬੇਨਤੀ ਕਰਦੀ ਆਂ ਸੰਗਤਾਂ ਕਿਤੇ ਨਾ ਕਿਤੇ ਚਿੰਤਾ ਜ਼ਰੂਰ ਹੁੰਦੀਆਂ ਨੇ ਔਰ ਕਾਲ ਕਰਦੀਆਂ ਨੇ ਕਿ ਟੀਮ ਪੂਰਾ ਖਿਆਲ ਰੱਖਿਆ ਜੇ ਦਿਨ ਰਾਤ ਤੁਸੀਂ ਨਿਕਲਦੇ ਹੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਤੁਸੀਂ ਵੈਗਰੂ ਦੇ ਅੱਗੇ ਅਰਦਾਸ ਕਰਦੇ ਰਹੋਗੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹੀਏ ਪਰ ਕੁਝ ਕਾਰਜਾਂ ਦੇ ਲਈ ਸਾਨੂੰ ਬੇਨਤੀ ਹੈ ਕਿ ਨਿਕਲਣਾ ਕੀ ਪੈਣਾ ਮਨੁੱਖਤਾ ਦੇ ਭਲੇ ਦੇ ਲਈ ਚਲਣਾ ਕੀ ਪੈਂਦਾ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਦੁਆਵਾਂ ਤੁਹਾਡਾ ਵਿਸ਼ਵਾਸ ਕੀ ਸਾਨੂੰ ਸਵੇਰ ਵੇਲੇ ਤਿਆਰ ਕਰ ਦਿੰਦਾ ਜੇ ਮੈਂ ਕਹਾਂ ਸਾਡੀ ਸਿਆਣਪ ਹੈ ਤੇ ਸਾਡੀ ਸਿਆਣਪ ਨਹੀਂ ਪਰ ਫਿਰ ਵੀ ਅਸੀਂ ਬੜਾ ਸੁਚੇਤ ਹੋ ਕੇ ਚੱਲਦੇ ਆਂ ਖਿਆਲ ਰੱਖਦੇ ਆਂ ਤੇ ਦੋਸਤੋ ਪ੍ਰਸ਼ਾਸਨਕ ਅਧਿਕਾਰੀ ਵੀ ਸਾਨੂੰ ਕਹਿੰਦੇ ਨੇ ਵੀ ਇੱਧਰ ਕਰ ਦਿਓ ਇੱਧਰ ਕਰ ਦਿਓ ਇੱਧਰ ਅਸੀਂ ਬਹਿਨੇ ਆਂ ਠੀਕ ਹੈ ਇਹ ਵੀ ਆਪਣੀ ਜਗ੍ਹਾ ਸੱਚੇ ਨੇ ਇਹਨਾਂ ਚੀਜ਼ਾਂ ਦੀ ਬੜੀ ਲੋੜ ਹੈ ਆਓ ਮੈਂ ਤੁਹਾਨੂੰ ਬਾਹਰ ਜਾ ਕੇ ਸਾਰਾ ਪ੍ਰੋਗਰਾਮ ਦਿਖਾਉਂਦਾ ਮਾ ਪ੍ਰਸ਼ਾਸਨਕ ਅਧਿਕਾਰੀ ਵੀ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਇਹ ਤੇ ਸਾਰਾ ਸੈਨੀਟਾਈਜ਼ ਕੀਤਾ ਜਾ ਰਿਹਾ ਹੈ ਕੈਮਰਾਮੈਨ ਵੀਰ ਨੂੰ ਬੇਨਤੀ ਇੱਧਰ ਆਓ ਦੋਸਤੋ ਮੈਂ ਛੋਟੀ ਜਿਹੀ ਬੇਨਤੀ ਕਰਦਿਆਂ ਵੀਰ ਜੀ ਉੱਪਰ ਪੈਣ ਦਾ ਕੋਈ ਅਸੀਂ ਗੱਲ ਨਹੀਂ ਨੁਕਸਾਨ ਨਹੀਂ ਹੈ ਹਾਂਜੀ 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 ਚਾਹ ਬਿਲਕੁਲ ਇਹਨਾਂ ਵੀਰਾਂ ਨੂੰ ਪਿਲਾਓ ਜੇ ਇਹ ਕੱਪੜਿਆਂ ਦੇ ਉੱਪਰ ਵੀ ਪੈ ਜਾਂਦਾ ਨੁਕਸਾਨ ਨਹੀਂ ਕਰਦਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਧੰਨਵਾਦ ਤੁਹਾਡਾ ਦੋਸਤੋ ਜਿਹੜੇ ਇੱਥੇ ਕਵਾਰਨਟਾਈਨ ਕੀਤੇ ਗਏ ਨੇ ਉਹਨਾਂ ਵਾਸਤੇ ਚਾਹ ਪਾਣੀ ਦੀ ਵਿਵਸਥਾ ਪੂਰੀ ਹੈ ਪ੍ਰਸ਼ਾਸਨ ਵੀ ਇੱਥੇ ਬਿਲਕੁਲ ਨਿਗਰਾਨੀ ਦੇ ਵਿੱਚ ਹੈ ਤੇ ਮੈਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਦਾ ਮਾਂ ਸਰਦਾਰ ਪ੍ਰੇਮ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇੱਥੇ ਤੁਹਾਡੀ ਡਿਊਟੀ ਇੱਥੇ ਲੱਗੀ ਹੋਈ ਹੈ ਜੀ ਹਾਂਜੀ ਹਾਂਜੀ ਗਾਰਡ ਡਿਊਟੀ ਇੱਥੇ ਇੱਥੇ ਕਰੀਬ ਜਿਹੜੇ ਵੀਰ ਤੇ ਭੈਣਾ ਇੱਥੇ ਸਾਰੇ ਰਹਿ ਰਹੇ ਨੇ ਉਹਨਾਂ ਦੇ ਲੰਗਰ ਪ੍ਰਸ਼ਾਦਾ ਰਾਈਟ ਟਾਈਮ ਪਹੁੰਚ ਰਿਹਾ ਜੀ ਬਿਲਕੁਲ ਰਾਈਟ ਟਾਈਮ ਪਹੁੰਚ ਰਿਹਾ ਹੈ ਜੀ ਸਭ ਤਰ੍ਹਾਂ ਦੀ ਚੀਜ਼ ਮਿਲ ਰਹੀ ਹੈ ਜੋ ਵੀ ਚੀਜ਼ ਡਿਮਾਂਡ ਕਰਦੇ ਆਂ ਅੰਦਰ ਕੋਈ ਪ੍ਰੋਬਲਮ ਆਉਂਦੀ ਇਹਨਾਂ ਨੂੰ ਜਾਂ ਪ੍ਰਸ਼ਾਸਨ ਨੂੰ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਈ ਦਿੱਕਤ ਕੋਈ ਪ੍ਰੋਬਲਮ ਆਉਂਦੀ ਹੋਵੇ ਤੁਸੀਂ ਖੁੱਲ ਕੇ ਦੱਸ ਸਕਦੇ ਹੋ ਨਹੀਂ ਹਾਲੇ ਤੱਕ ਕੋਈ ਪ੍ਰੋਬਲਮ ਨਹੀਂ ਆ ਰਹੀ ਬਿਲਕੁਲ ਠੀਕ ਠਾਕ ਡੀਐਸਪੀ ਸਾਹਿਬ ਸਾਡੇ ਐਸਐਚਓ ਸਾਹਿਬ ਸਾਡੇ ਐਸਪੀ ਸਾਹਿਬ ਦੀ ਨਿਗਰਾਨੀ ਹੇਠ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਜੀ ਵਾਰ-ਵਾਰ ਉਹਨਾਂ ਨੂੰ ਸਮਝਾਉਂਦੇ ਵੀ ਰਹਿੰਦੇ ਆ ਕੋਈ ਚੀਜ਼ ਜ਼ਰੂਰਤ ਨਹੀਂ ਆਇਆ ਪਰ ਜਿਹੜੇ ਅੰਦਰ ਕੁਆਰੰਟਾਈਨ ਕੀਤੇ ਗਏ ਨੇ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਹੈ ਇਤੋਂ ਹੀ ਜਿਹੜੀ ਇਹਨਾਂ ਦੀ ਟੀਮ ਅੰਦਰ ਜਾਂਦੀ ਹੈ ਬਾਕਾਇਦਾ ਦਰਵਾਜ਼ੇ ਲੱਗ ਜਾਂਦੇ ਨੇ ਆ ਮੈਂ ਤੁਹਾਨੂੰ ਪੂਰਾ ਮਾਹੌਲ ਦਿਖਾ ਰਿਹਾ ਹਾਂ ਉਸ ਤੋਂ ਬਾਅਦ ਲਾਉਣ ਤੋਂ ਬਾਅਦ ਵੀ ਉਹ ਦੇਖੋ ਕਿਸ ਤਰੀਕੇ ਨਾਲ ਸੈਨੀਟਾਈਜ਼ ਕੀਤਾ ਜਾ ਰਿਹਾ ਹੈ ਬਿਲਕੁਲ ਬੜੇ ਟੰਗ ਦੇ ਵਿੱਚ ਕੀਤਾ ਜਾ ਰਿਹਾ ਹੈ ਇੱਥੇ ਮੈਂ ਪ੍ਰਸ਼ਾਸਨਿਕ ਅਧਿਕਾਰੀਆਂ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਪੂਰਾ ਧਿਆਨ ਰੱਖਿਆ ਜੇ ਮੇਰੇ ਵੀਰ ਆਪਣਾ ਵੀ ਕਿਉਂਕਿ ਹਰੇਕ ਦੇ ਛੋਟੇ-ਛੋਟੇ ਬੱਚੇ ਨੇ ਸਾਰੇ ਅਸੀਂ ਖਿਆਲ ਰੱਖਣਾ ਧੰਨਵਾਦ ਦੀਆਂ ਤੁਹਾਡਾ ਤੇ ਦੋਸਤੋ ਸਾਰਾ ਤਖਤ ਸਾਹਿਬ ਤੋਂ ਪ੍ਰਬੰਧ ਹੈ ਲੰਗਰ ਪ੍ਰਸ਼ਾਦੇ ਦੀ ਵਿਵਸਥਾ ਵੀ ਇਹ ਜੀ ਨੇੜੇ ਆਓ ਜੀ ਕੀ ਨਾਮ ਹੈ ਤੁਹਾਡਾ ਜੀ ਗੁਰਦੇਵ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਰ ਪ੍ਰਸ਼ਾਦਾ ਰਾਈਟ ਟਾਈਮ ਪਹੁੰਚ ਰਿਹਾ ਕੋਈ ਦਿੱਕਤ ਕੋਈ ਪ੍ਰੋਬਲਮ ਬਿਲਕੁਲ ਜੀ ਰਾਈਟ ਟਾਈਮ ਪਹੁੰਚ ਰਿਹਾ ਜੀ ਕੋਈ ਦਿੱਕਤ ਨਹੀਂ ਆ ਰਹੀ ਕੋਈ ਪਰੇਸ਼ਾਨੀ ਨਹੀਂ ਆ ਰਹੀ ਇਹਨਾਂ ਨੂੰ ਟਾਈਮ ਤੇ ਪ੍ਰਸ਼ਾਦਾ ਦਿੱਤਾ ਜਾਂਦਾ ਜੀ ਬਹੁਤ ਬਹੁਤ ਵੀਰ ਜੀ ਮਿਹਰਬਾਨੀਆਂ ਤੁਹਾਡੀਆਂ ਸੋ ਦੋਸਤੋ ਇੱਥੇ ਆਪਾਂ ਪ੍ਰਸ਼ਾਸਨ ਨੂੰ ਵੀ ਪੁੱਛਿਆ ਐ ਐਸਟੀਪੀਸੀ ਦੇ ਅਧਿਕਾਰੀਆਂ ਨੂੰ ਵੀ ਪੁੱਛਿਆ ਐ ਖੁਰਨਾ ਨੂੰ ਵੀ ਪੁੱਛਣ ਦਾ ਆਪਾਂ ਯਤਨ ਕਰਦੇ ਆ ਕਿਉਂਕਿ ਕੁਝ ਜਾਣਕਾਰੀਆਂ ਤੁਹਾਡੇ ਲਈ ਬੜੀਆਂ ਜ਼ਰੂਰੀ ਨੇ ਔਰ ਮੈਂ ਆਪਣਾ ਫਰਜ਼ ਨਿਭਾਉਂਦਾ ਹੋਇਆ ਅੱਜ ਇੱਥੇ ਪਹੁੰਚਿਆ ਆ ਵਾ ਜਿੱਥੇ ਅਸੀਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਆ ਉੱਥੇ ਅਸੀਂ ਪੂਰਾ ਨਜ਼ਰ ਦੇ ਵਿੱਚ ਹਰ ਚੀਜ਼ ਰੱਖਦੇ ਪਏ ਆ ਵੀ ਕਿਸੇ ਨੂੰ ਕੋਈ ਦਿੱਕਤ ਪ੍ਰੋਬਲਮ ਨਾ ਆਵੇ ਵੀਰਾ ਜੀ ਇਧਰ ਸਾਰੇ ਦਰਵਾਜ਼ੇ ਵੀ ਕਰ ਦਿਓ ਜਗਮੀਤ ਜੀ ਆ ਦਰਵਾਜ਼ੇ ਵੀ ਕਰ ਦਿਓ ਇਧਰ ਸਾਰਾ ਕਰ ਦਿਓ ਤੇ ਗੱਡੀ ਦੇ ਵੀ ਭਾਵੇਂ ਪਿਛਲੇ ਪਾਸੇ ਕਰ ਦਿਓ ਸੋ ਦੋਸਤੋ ਆ ਸਾਰੇ ਦਰਵਾਜ਼ੇ ਨੇ ਜਿਹੜੇ ਚੰਗੀ ਤਰ੍ਹਾਂ ਕੀਤੇ ਜਾ ਰਹੇ ਨੇ ਦੇਖੋ ਅੰਦਰ ਤੱਕ ਕੋਸ਼ਿਸ਼ ਕਰ ਰਹੇ ਆ ਵੈ ਸੇਨਾ ਦੇ ਵਿੱਚੋਂ ਫਿਰ ਮੈਂ ਤੁਹਾਨੂੰ ਦੱਸ ਦਿਆਂ ਕੋਈ ਵੀ ਕਰੋਨਾ ਪੋਜ਼ਿਟਿਵ ਨਹੀਂ ਹੈ ਰੋਜ਼ਾਨਾ ਇਹਨਾਂ ਦੇ ਟੈਸਟ ਹੋ ਰਹੇ ਨੇ ਫਿਰ ਵੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਤੇ ਇੱਥੇ ਇਹਨਾਂ ਸਾਰਿਆਂ ਨੂੰ ਮੈਂ ਹੌਸਲਾ ਦੇਣ ਦਾ ਯਤਨ ਵੀ ਕਰਾਂਗਾ ਵੀਰ ਜੀ ਸਾਰੇ ਠੀਕ ਹੋ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਕੋਈ ਗੱਲ ਨਹੀਂ ਹਾਂ ਕਿਉਂਕਿ ਇਹ ਵੀ ਇੱਕ ਪ੍ਰਸ਼ਾਸਨ ਦੀ ਜੋ ਹੈ ਸਾਰੀ ਸਿਹਧ ਹੈ ਉਹਦੇ ਅਕੋਰਡਿੰਗਲੀ ਆਪਾਂ ਚੱਲਦੇ ਪਏ ਆ ਮੈਨੂੰ ਪਤਾ ਲੱਗਾ ਇੱਥੇ ਕੋਈ ਵੀ ਕਰੋਨਾ ਪੋਜ਼ਿਟਿਵ ਨਹੀਂ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਚੜ੍ਹਦੀ ਕਲਾ ਦੇ ਇੱਕ ਜਕਾਰਾ ਗਜਾ ਦਈਏ ਬੋਲੇ ਸੋ ਨਿਹਾਲ ਸਾਰੇ ਦੋਸਤੋ ਬੜੀ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਵੀ ਬੜਾ ਜ਼ਰੂਰੀ ਹੈ ਮੈਂ ਇੱਕ ਬੜੀ ਗੱਲ ਆਖਣ ਲੱਗਾ ਮਾਂ ਅੱਛਾ ਮੈਨੂੰ ਇਹ ਦੱਸੋ ਵੀ ਤੁਹਾਨੂੰ ਚਾਹ ਪਾਣੀ ਲੰਗਰ ਪ੍ਰਸ਼ਾਦਾ ਰਾਈਟ ਟਾਈਮ ਪਹੁੰਚ ਰਿਹਾ ਜੀ ਕਿ ਸੇ ਤਰੀਕੇ ਦੀ ਕੋਈ ਦਿੱਕਤ ਪ੍ਰੋਬਲਮ ਤੇ ਨਹੀਂ ਹੈ ਚਲੋ ਚੜ੍ਹਦੀ ਕਲਾ ਦੇ ਵਿੱਚ ਰਹੋ ਦੋਸਤੋ ਸਾਰੀਆਂ ਗੱਲਾਂ ਇਹਨਾਂ ਨੇ ਸਾਨੂੰ ਦੱਸੀਆਂ ਵੀ ਕੋਈ ਦਿੱਕਤ ਕੋਈ ਪ੍ਰੋਬਲਮ ਨਹੀਂ ਹੈ ਤੇ ਮੈਂ ਆਸ ਕਰਦਾ ਮੈਂ ਗੁਰੂ ਘਰ ਦੇ ਵਿੱਚ ਕੋਈ ਦਿੱਕਤ ਪ੍ਰੋਬਲਮ ਆਏਗੀ ਵੀ ਨਹੀਂ ਇੱਥੇ ਬੱਚੇ ਕਿੰਨੇ ਆ ਤੁਹਾਡੇ ਕੋਲੇ ਹਾਂਜੀ ਛੋਟੇ ਬੱਚੇ 8-9 ਛੋਟੇ ਬੱਚੇ ਐ ਬਿਲਕੁਲ ਧਿਆਨ ਰੱਖਿਆ ਜੇ ਇਹਨਾਂ ਦੇ ਪੈਰਾਂ ਦੇ ਵਿੱਚ ਚੱਪਲ ਵਗੈਰਾ ਹਰ ਚੀਜ਼ ਦਾ ਖਿਆਲ ਰੱਖਿਆ ਜੇ ਮੇਰੇ ਵੀਰ ਲੇਡੀਜ਼ ਕਿੰਨੀਆਂ ਨੇ ਅੰਦਰ ਗਿਣਤੀ ਨਹੀਂ ਕੀਤੀ ਚਲੋ ਕੋਈ ਨਾ ਸੋ ਦੋਸਤੋ ਮੈਂ ਦੇਖ ਰਿਹਾ ਮਾ ਬੀਬੀਆਂ ਭੈਣਾਂ ਵੀ ਨੇ ਤੇ ਵੀਰ ਵੀ ਨੇ ਸਾਰੇ ਮੇਰੇ ਵੀਰ ਖਿਆਲ ਰੱਖਿਆ ਜੇ ਆਪੋ ਆਪਣੀਆਂ ਸੇਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਹਾਡੇ ਨਾਲ ਗੱਲਬਾਤ ਕਰਨੀ ਬੜੀ ਜ਼ਰੂਰੀ ਸੀ ਤੇ ਖਿਆਲ ਰੱਖਿਆ ਜੀ ਧੰਨਵਾਦ ਜੀ ਸੋ ਦੋਸਤੋ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਆਪਾਂ ਗੱਲਬਾਤਾਂ ਕੀਤੀਆਂ ਨੇ ਵਾਹ ਜੀ ਵਾਹ ਵਾਹ ਜੀ ਵਾਹ ਬਸ ਆ ਚੜ੍ਹਦੀ ਕਲਾ ਹੀ ਰੱਖਣੀ ਆ ਤੁਸੀਂ ਬਿਲਕੁਲ ਠੀਕ ਹੋ ਬਸ ਔਰ ਜਿਸ ਦਿਨ ਤੁਸੀਂ ਆਪੋ ਆਪਣੇ ਘਰਾਂ ਦੇ ਵਿੱਚ ਜਾਣਾ ਹੈ ਦਿਨ ਪੂਰੇ ਕਰਕੇ ਇੱਥੇ ਵੀ ਤੁਹਾਨੂੰ ਕੋਈ ਦਿੱਕਤ ਕੋਈ ਪ੍ਰੋਬਲਮ ਨਹੀਂ ਆਵੇਗੀ ਤੇ ਅੱਜ ਕੋਸ਼ਿਸ਼ ਕਰ ਰਹੇ ਹਾਂ ਅਸੀਂ ਪ੍ਰਸ਼ਾਸਨ ਦੇ ਨਾਲ ਵੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਨਾਲ ਮਿਲ ਕੇ ਕਿ ਜਿੰਨੇ ਵੀ ਤੁਸੀਂ ਵੀਰ ਪੈਣਾ ਹੋ ਇੱਥੇ ਤੁਹਾਡਾ ਥੋੜਾ ਜਿਹਾ ਕੋਈ ਧਾਰਮਿਕ ਪਿਕਚਰ ਦਿਖਾਈ ਜਾਵੇ ਜਿਹਦੇ ਨਾਲ ਤੁਹਾਡਾ ਟਾਈਮ ਸੌਖਾ ਪਾਸ ਹੋ ਜਾਵੇ ਠੀਕ ਹੈ ਜੀ ਬੜਾ ਖਿਆਲ ਰੱਖਾਂਗੇ ਤੁਹਾਡਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀਆਂ ਸੋ ਦੋਸਤੋ ਇਹ ਸਾਰੇ ਉਹ ਵੀਰ ਸਨ ਜਿਨ੍ਹਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ ਜਦੋਂ ਆਦਮੀ ਇਕੱਲਾ ਮਹਿਸੂਸ ਕਰਦਾ ਹੈ ਨਾ ਉਦੋਂ ਪ੍ਰੋਬਲਮ ਆ ਜਾਂਦੀ ਜਦੋਂ ਚੜ੍ਹਦੀ ਕਲਾ ਦੇ ਵਿੱਚ ਹੁੰਦਾ ਉਦੋਂ ਪ੍ਰੋਬਲਮ ਨਹੀਂ ਆਉਂਦੀ ਸੋ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਹੈ ਇਹਨਾਂ ਨੂੰ ਹੌਸਲਾ ਦੇਣਾ ਵੀ ਕੋਈ ਐਸੀ ਗੱਲ ਨਹੀਂ ਹੈ ਬਿਮਾਰੀਆਂ ਸਰੀਰਾਂ ਨੂੰ ਆਉਂਦੀਆਂ ਜਾਂਦੀਆਂ ਨੇ ਦੀਆਂ ਨੇ ਪਰ ਅਜੇ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਬਿਮਾਰੀ ਦੀ ਐਸੀ ਖਬਰ ਨਹੀਂ ਮਿਲੀ ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦੀਆਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀਰਾਂ ਨੇ ਬੜਾ ਵਧੀਆ ਸਾਥ ਦਿੱਤਾ ਆ ਸ਼੍ਰੋਮਲੀ ਗੁਰਦਾਰ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਬੜਾ ਵਧੀਆ ਸਾਥ ਦਿੱਤਾ ਆ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਿਹਦਾ ਜਿਨ੍ਹਾਂ ਨੇ ਸਾਨੂੰ ਬੜਾ ਸੋ ਦੋਸਤੋ ਆਓ ਮੈਂ ਤੁਹਾਨੂੰ ਅੱਗੇ ਹੋਰ ਵੀ ਦਿਖਾਉਣਾ ਮੈਂ ਇਹ ਸਾਰੀ ਖੁੱਲੀ ਜਗ੍ਹਾ ਹੈ ਬੜੀ ਖੁੱਲੀ ਜਗ੍ਹਾ ਹੈ ਤੇ ਇੱਥੇ ਤੁਸੀਂ ਦੇਖ ਰਹੇ ਹੋ ਬੜਾ ਸੋਹਣਾ ਰਮਣੀਕ ਜਿਹਾ ਮਖੌਲ ਹੈ ਤੇ ਇੱਥੇ ਸਾਰੇ ਪਾਸੇ ਸਪਰੇਅ ਕੀਤੀ ਜਾ ਰਹੀ ਹੈ ਵੀਰਾ ਜੀ ਰੁੱਖਾਂ ਤੇ ਨਹੀਂ ਰੁੱਖਾਂ ਤੇ ਨਹੀਂ ਸੜਕ ਤੇ ਹੈਲੋ ਰੁੱਖ ਦੇ ਉੱਤੇ ਨਹੀਂ ਹਾਂਜੀ 5-6 ਫੁੱਟ ਤੋਂ ਉੱਤੇ ਨਹੀਂ ਕਿੱਥੇ ਚੱਲਣਾ ਹੈ ਪੈਦਲ ਚੱਲਣਾ ਕਿਸੇ ਨੇ ਬਿਲਕੁਲ ਇਹ ਖਿਆਲ ਰੱਖਣਾ ਹੈ ਸੜਕ ਤੇ ਕੋਈ ਜਗ੍ਹਾ ਰਹਿ ਨਾ ਜਾਵੇ ਦੋਸਤੋ ਥੋੜਾ ਜਿਹਾ ਹੋਰ ਜ਼ਿਕਰ ਕਰਦੇ ਆਂ ਇਹ ਪਾਵਨ ਸਥਾਨ ਬੜਾ ਪਵਿੱਤਰ ਹੈ ਕਲਗੀ ਤਰਪਿਤਾ ਮਹਾਰਾਜ ਜੀ ਨੇ ਲੰਮਾ ਸਮਾਂ ਇੱਥੇ ਗੁਜ਼ਾਰਿਆ ਇੱਥੇ ਗੁਰੂ ਪਾਤਸ਼ਾਹ ਜੀ ਦਾ ਇੱਕ ਸਿੱਖ ਹੈ ਜਿਹਦਾ ਨਾਮ ਸੀ ਡੱਲਾ ਖੰਡੇ ਬਾਟੇ ਦੀ ਪਹੁੜ ਲੈ ਕੇ ਉਹ ਭਾਈ ਡਲ ਸਿੰਘ ਬਣਦਾ ਹੈ ਇਹ ਉਹ ਧਰਤੀ ਹੈ ਜਿੱਥੇ ਕਲਗੀ ਤਰਪਿਤਾ ਮਹਾਰਾਜ ਜੀ ਨੂੰ ਗੁਰੂ ਕੇ ਮਹਿਲ ਸਤਕਾਰਯੋਗ ਮਾਤਾ ਜੀ ਆ ਕੇ ਪੁੱਛਦੇ ਨੇ ਕਿ ਜਦੋਂ ਸਰਸਾ ਦੀ ਨਦੀ ਤੇ ਆਪਣਾ ਵਿਛੋੜਾ ਪੈ ਜਾਂਦਾ ਤੇ ਉਸ ਵੇਲੇ ਕਰੀਬ ਮੇਰੇ ਲਾਲ ਮੇਰੇ ਨਾਲ ਨੇ ਤੇ ਅੱਜ ਉਹ ਲਾਲ ਨਜ਼ਰ ਨਹੀਂ ਆ ਰਹੇ ਤੇ ਕਲਗੀ ਤਰਪਤਾ ਮਹਾਰਾਜ ਮੁਸਕਰਾ ਕੇ ਆਪਣੇ ਵਰਗੀਆਂ ਸਿੱਖ ਸੰਗਤਾਂ ਨੇ ਬੜਾ ਲੰਮਾ ਹੱਥ ਫੈਲਾ ਕੇ ਸਹਿਬ ਮੇਰੇ ਕਹਿੰਦੇ ਨੇ ਕਹਿਣ ਲੱਗੇ ਇਨ ਪੁੱਤਰਨ ਕੇ ਸੀਸ ਪਰ ਵਾਰ 디ਏ ਸੁਤਚਾਰ ਚਾਰ ਮੂਏ ਤੋਂ ਕੀ ਆ ਹੁਆ ਜੀਬਤ ਕਈ ਹਜ਼ਾਰ ਕਿੱਡਾ ਵੱਡਾ ਜ਼ਿਗਰਾ ਹੈ ਕਲਗੀ ਤਰਪਤਾ ਮਹਾਰਾਜ ਜੀ ਦਾ ਮੈਂ ਅੱਜ ਬੈਠਾ ਬੈਠਾ ਸੋਚ ਰਿਹਾ ਸੀ ਇਸ ਧਰਤੀ ਤੇ ਜਦੋਂ ਸਿਵਾਮਾ ਕਰਦੇ ਪਏ ਆ ਮਨ 'ਚ ਸੋਚਦਾ ਪਿਆਸਾ ਵੀ ਇਹ ਉਹ ਧਰਤੀ ਐ ਜਿੱਥੇ ਕਲਗੀ ਤਰਪਤਾ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਤੋਂ ਵੱਧ ਕੇ ਸਾਨੂੰ ਖਿਤਾਬ ਦਿੱਤਾ ਮਾਤਾ ਜੀ ਕਹਿੰਦੇ ਕਿ ਮੇਰੇ ਲਾਲ ਕਿੱਥੇ ਐ ਜਦੋਂ ਸਰਸਾ ਨਦੀ ਤੇ ਆਪਣਾ ਵੀ ਛੋੜਾ ਪੈ ਜਾਂਦਾ ਐ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲਦੇ ਆ ਜਿਨ੍ਹਾਂ ਨੇ ਕਸਮਾਂ ਖਾਧੀਆਂ ਸੀ ਉਹਨਾਂ ਨੇ ਕਸਮਾਂ ਛਿੱਕੇ ਤੇ ਚੰਡ ਕੇ ਕੀਰਤਪੁਰ ਸਾਹਿਬ ਨਹੀਂ ਲੰਘਣ ਦਿੱਤਾ ਤੇ ਆਪਣੇ ਤੇ ਹਮਲਾ ਕਰ ਦਿੱਤਾ ਸਰਸਾ ਤੇ ਆ ਕੇ ਪਰਿਵਾਰ ਦਾ ਵੀ ਛੋੜਾ ਪੈ ਜਾਂਦਾ ਜਦੋਂ ਆਪਣਾ ਵੀ ਛੋੜਾ ਪੈਂਦਾ ਚਾਰ ਪੁੱਤਰ ਤੁਹਾਡੇ ਨਾਲ ਨੇ ਮੈਂ ਅੱਜ ਪੁੱਛਣਾ ਚਾਹੁੰਨੀ ਆ ਮੇਰੇ ਚਾਰ ਕਿੱਥੇ ਨੇ ਕਿੱਥੇ ਆ ਮੇਰਾ ਅਜੀਤ ਸਿੰਘ ਕਿੱਥੇ ਆ ਮੇਰਾ ਜੁਝਾਰ ਸਿੰਘ ਕਿੱਥੇ ਆ ਮੇਰਾ ਜੋਰਾਵਰ ਸਿੰਘ ਤੇ ਕਿੱਥੇ ਆ ਮੇਰਾ ਫਤੇ ਸਿੰਘ ਮੈਂ ਪੁੱਛਣਾ ਚਾਹੁੰਨੀ ਆ ਮੇਰੇ ਲਾਲ ਕਿੱਥੇ ਨੇ ਤੇ ਕਲਗੀ ਤਰਪਤਾ ਮਹਾਰਾਜ ਨੇ ਆਪਾਂ ਸਾਰੇ ਬੈਠੇ ਸਾਂ ਸਾਡੇ ਬਲ ਖੱਤ ਕਰਕੇ ਕਿਹਾ ਕਿਨ ਲਗੀ ਇਨ ਪੁੱਤਰਨ ਕੇ ਵੀ ਆ ਸਾਰੇ ਮੇਰੇ ਪੁੱਤਰ ਨੇ ਇਨ ਪੁੱਤਰਨ ਕੇ ਸੀਸ ਪਰ ਇਹਨਾਂ ਦੇ ਸਿਰ ਤੋਂ ਵਾਰ ਦिए ਸੁੱਤ ਚਾਰ ਮੈਂ ਆਪਣੇ ਚਾਰ ਜਿਨ੍ਹਾਂ ਦਾ ਤੂੰ ਜ਼ਿਕਰ ਕਰਦੀ ਹੈ ਮੈਂ ਉਹ ਵਾਰ ਦਿੱਤੇ ਨੇ ਕਿਨ ਪੁੱਤਰਨ ਕੇ ਸੀਸ ਪਰ ਵਾਰ ਦिए ਸੁੱਤ ਚਾਰ ਅਗਲਾ ਬਚਨ ਕਿਆ ਚਾਰ ਮੂਏ ਤੋਂ ਕਿਆ ਹੋਇਆ ਕੀ ਹੋ ਗਿਆ ਜੀ ਚਾਰ ਚਲੇ ਗਏ ਜੀਵਤ ਕਈ ਹਜ਼ਾਰ ਆ ਸਾਰੇ ਮੇਰੇ ਪੁੱਤਰ ਜੀ ਹੁੰਦੇ ਨੇ ਕਲਗੀ ਤਰਪਤਾ ਮਹਾਰਾਜ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮਾਂ ਤੁਸੀਂ ਸਾਨੂੰ ਪੁੱਤਰਾਂ ਤੋਂ ਵੱਧ ਕੇ ਖਿਤਾਬ ਦਿੱਤਾ ਸਤਿਮੁੱਚ ਸਾਡੇ ਬਾਪ ਬਣੇ ਕਿਤੇ ਨਾ ਕਿਤੇ ਸਾਡੇ ਕਿਰਦਾਰਾਂ ਦੇ ਵਿੱਚ ਘਾਟ ਰਹਿ ਗਈ ਹੈ ਕਲਗੀ ਤਰਪਤਾ ਮਹਾਰਾਜ ਸਾਡੇ ਵਿੱਚੋਂ ਅਜੀਤ ਸਿੰਘ ਦੀ ਝਲਕ ਨਹੀਂ ਪੈ ਰਹੀ ਸਾਡੇ ਵਿੱਚੋਂ ਜੁਝਾਰ ਸਿੰਘ ਦੀ ਝਲਕ ਨਹੀਂ ਪੈ ਰਹੀ ਸਾਡੇ ਵਿੱਚੋਂ ਬਾਬਾ ਜੋਰਾਵਰ ਸਿੰਘ ਦੀ ਝਲਕ ਨਹੀਂ ਪੈ ਰਹੀ ਸਾਡੇ ਵਿੱਚੋਂ ਬਾਬਾ ਫਤਿਹ ਸਿੰਘ ਦੀ ਝਲਕ ਨਹੀਂ ਪੈ ਰਹੀ ਅਸੀਂ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਖੋਏ ਆ ਕਲਗੀ ਤਰਪਤਾ ਮਹਾਰਾਜ ਸਾਡੇ ਅੰਦਰੋਂ ਉਹ ਜਜ਼ਬਾ ਖਤਮ ਹੁੰਦਾ ਜਾ ਰਿਹਾ ਹੈ ਕਿਰਪਾ ਕਰੇ ਅੱਜ ਸਾਡੇ ਅੰਦਰੋਂ ਜਜ਼ਬਾ ਦੁਬਾਰਾ ਬਖਸ਼ਿਆ ਜੇ ਸੂਤ ਰਿਆਸਿਆਂ ਉੱਧ ਧਰਤੀ ਹੈ ਜਿੱਥੇ ਕਲਗੀ ਤਰਪਤਾ ਮਹਾਰਾਜ ਬੀੜ ਲਖਵਾਉਂਦੇ ਨੇ ਇਹ ਉਹ ਧਰਤੀ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਹੜੀ ਬੀੜ ਤਿਆਰ ਕਰਵਾ ਰਹੇ ਨੇ ਤੇ ਉਸ ਬੀੜ ਦੇ ਅੰਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰ ਜਿਹੜੀ ਪਹਿਲੀ ਬੀੜ ਤਿਆਰ ਕੀਤੀ ਸੀ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਉਹਦੇ ਵਿੱਚ 30 ਰਾਗ ਨੇ ਉਹਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਰਜ ਨਹੀਂ ਪਰ ਜਿਹੜੀ ਇੱਥੇ ਬੀੜ ਤਿਆਰ ਹੋਈ ਹੈ ਤੱਕ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰ ਇਹ 31 ਰਾਗ ਨੇ ਕਿਉਂਕਿ ਜੈਜਾਬੰਤੀ ਰਾਗ ਸਿਰਫ ਔਰ ਸਿਰਫ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਗਾਇਆ ਤੇ ਇਹ ਜਿਹੜੀ ਬੀੜ ਇੱਥੇ ਤਿਆਰ ਹੁੰਦੀ ਹੈ ਜਿਹਨੂੰ ਪਾਵਨ ਦਮਦਮੀ ਬੀੜ ਕਿਹਾ ਜਾਂਦਾ ਹੈ ਚੇਤੇ ਰੱਖਿਆ ਜੇ ਉਹ 31 ਰਾਗਾਂ ਦੇ ਅੰਦਰ ਸੰਪੂਰਨ ਬੀੜ ਹੈ ਇਹ ਪਾਵਨ ਧ ਆਪਣ ਹੁਕਮਨਾਮਾ ਲਿਆ ਜਾਂਦਾ ਹੈ ਇਹ ਬੀੜ ਜਿੱਥੇ ਡੱਲੇ ਦਾ ਹੰਕਾਰ ਤੋੜਿਆ ਜਾਂਦਾ ਹੈ ਇਹ ਬੀੜ ਜਿੱਥੇ ਬਾਬਾ ਇਹ ਧਰਤੀ ਜਿੱਥੇ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਦਾ ਸਿੱਧਕ ਪਰਖਿਆ ਜਾਂਦਾ ਹੈ ਇਹ ਉਹ ਧਰਤੀ ਜਿੱਥੇ ਸਾਨੂੰ ਪੁੱਤਰਾ ਤੋਂ ਵੱਧ ਕੇ ਖਿਤਾਬ ਦਿੱਤਾ ਜਾਂਦਾ ਅੱਜ ਉਸ ਧਰਤੀ ਤੇ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਹੋਰ ਵੀ ਤੁਹਾਨੂੰ ਇਤਿਹਾਸਾਂ ਤੋਂ ਜਾਣੂ ਕਰਵਾਉਂਦਾ ਰਾਂਗਾ ਅਕਾਲ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਮੈਂ ਹਾਂ ਜਗਮੀਤ ਸਿੰਘ ਅੱਜ ਜਿਵੇਂ ਤੁਹਾਨੂੰ ਪਤਾ ਹੀ ਆ ਅਸੀਂ ਸਾਫਾ ਟਲਵੰਡੀ ਗੁਰੂ ਕਾਂਸੀ ਪਹੁੰਚੇ ਹੋਏ ਹਾਂ ਤੇ ਇੱਥੇ ਸੈਨੇਟਾਈਜ਼ਰ ਕੀਤਾ ਜਾ ਰਿਹਾ ਹੈ ਸ਼ਹਿਰ ਨੂੰ ਇੱਥੋਂ ਦੇ ਵੀਰਾਂ ਦਾ ਅਸੀਂ ਸਹਿਯੋਗ ਮੰਗਿਆ ਸੀ ਉਹਨਾਂ ਨੇ ਪੂਰੀ ਤਨਦੇਹੀ ਦੇ ਨਾਲ ਅਸੀਂ ਕੱਲ ਹੀ ਫੋਨ ਕੀਤਾ ਕਿ ਅਸੀਂ ਇੱਥੇ ਪਹੁੰਚ ਰਹੇ ਹਾਂ ਸ਼ਨੀਵਾਰ ਨੂੰ ਤੇ ਇਹਨਾਂ ਨੇ ਪੂਰੀ ਤਨਦੇਹੀ ਦੇ ਨਾਲ ਸਾਡਾ ਸਹਿਯੋਗ ਦੇਣ ਦੀ ਕੋਸ਼ਿਸ਼ ਕੀਤੀ ਟਰੈਕਟਰ ਲੈ ਕੇ ਆਏ 15-20 ਕਿਲੋਮੀਟਰ ਪਿੰਡ ਇਹਨਾਂ ਦਾ ਹੈਗਾ ਤੇ ਸਾਡੇ ਨਾਲ ਇੱਥੇ ਪਹੁੰਚੇ ਐਡਵੋਕੇਟ ਸ਼ਰਮਾ ਜਿਹੜੇ ਬਠਿੰਡੇ ਖਾਰਾ ਸਾਹਿਬ ਦੀ ਤੁਹਾਨੂੰ ਅਕਸਰ ਇਹ ਅਸੀਂ ਵੀਡੀਓ ਵਿਖਾਉਂਦੇ ਰਹਿੰਨੇ ਆ ਕਿਸੇ ਨਾ ਕਿਸੇ ਮੁੱਦੇ ਤੇ ਬੋਲਦੇ ਰਹਿੰਦੇ ਨੇ ਤੇ ਇਹ ਵੀਰ ਵੀ ਤੁਸੀਂ ਵੇਖਿਆ ਹੋਊਗਾ ਜਿਹੜਾ ਨਾਲ ਉੱਥੇ ਹੁੰਦਾ ਸੀ ਉਹਨਾਂ ਦੇ ਦਫਤਰ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਨਾਲ ਵਕੀਲ ਵਕੀਲ ਹੀ ਕਰਦੇ ਨੇ وکਾਲਤ ਕਰਦੇ ਨੇ ਸਾਡੇ ਨਾਲ ਮੌਜੂਦ ਨੇ ਹਾਂਜੀ ਵੀਰ ਜੀ ਤੁਸੀਂ ਸਾਡਾ ਸਾਥ ਦਿੱਤਾ ਸਟਾਫ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਹਾਂਜੀ ਅੱਜ ਬਹੁਤ ਬਹੁਤ ਧੰਨਵਾਦ ਆ ਅੱਜ ਆਕਾਸ਼ ਚੈਨਲ ਦੀ ਟੀਮ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਨੂੰ ਸੈਨੀਟਾਈਜ਼ ਕੀਤਾ ਅਸੀਂ ਤੁਹਾਡਾ ਸਾਡੇ ਇਧਰ ਏਰੀਏ ਦੇ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਅੱਗੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਵੀ ਤੁਸੀਂ ਵੀ ਜਿਹੜੀ ਹੁਣ ਕਰੋਨਾ ਦੀ ਮਹਾਮਾਰੀ ਫੈਲੀ ਹੋਈ ਹੈ ਇਦੇ ਵਿੱਚ ਰਲ ਮਿਲ ਕੇ ਇੱਕ ਘਰਾਂ ਵਿੱਚ ਰਹੋ ਤੇ ਸੈਨੀਟਾਈਜ਼ ਕਰੋ ਗੁਰਦੁਆਰਾ ਸਾਹਿਬ ਨੂੰ ਸਭ ਨੂੰ ਗੁਰਦੁਆਰਾ ਸਾਹਿਬ ਨੂੰ ਸੈਨੀਟਾਈਜ਼ ਕੀਤਾ ਗਿਆ ਅਸੀਂ ਆਪਣੇ ਕੰਨੀਓ ਮੈਂ ਅਰਸ਼ਦੀਪ ਸ਼ਰਮਾ ਐਡਵੋਕੇਟ ਧੰਨਵਾਦ ਕਰਦਾ ਸਰਦਾਰ ਹਰਪਾਲ ਸਿੰਘ ਖਾਰਾਜੀ ਨੇ ਮੇਰੀ ਡਿਊਟੀ ਲਈ ਸੀ ਵੀ 8 ਆਕਾ ਚੈਨਲ ਦੀ ਟੀਮ ਤਲਵੰਡੀ ਸਾਬੋ ਪਹੁੰਚ ਰਹੀ ਹੈ ਆਪਾਂ ਇਹਨਾਂ ਦਾ ਸਵਾਗਤ ਕਰਨਾ ਇਹਨਾਂ ਦਾ ਸਾਥ ਦੇਣਾ ਅਸੀਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਅਕਸਰ ਹੀ ਅਸੀਂ ਖਾਰਾ ਸਾਫ ਦਾ ਵੀ ਧੰਨਵਾਦ ਕਰਦੇ ਰਹਿੰਨੇ ਕਿਸੇ ਨਾ ਕਿਸੇ ਮੁੱਦੇ ਤੇ ਬੋਲਦੇ ਰਹਿੰਦੇ ਨੇ ਅੱਜ ਤੁਸੀਂ ਸਾਨੂੰ ਟਰੈਕਟਰ ਦੀ ਅਸੀਂ ਮੰਗ ਕੀਤੀ ਸੀ ਤੁਸੀਂ ਟਰੈਕਟਰ ਲੈ ਕੇ ਨਾਲ ਤਿੰਨ ਚਾਰ ਸੇਵਾਦਾਰ ਲੈ ਕੇ ਤੁਸੀਂ ਇੱਥੇ ਪਹੁੰਚੇ ਸੈਨੀਟਾਈਜ਼ਰ ਕਰ ਰਹੇ ਹੋ ਵੈਸੇ ਤੁਹਾਡਾ ਸ਼ਹਿਰ ਹੈਗਾ ਧਾਰਮਿਕ ਸਥਾਨ ਹੈਗਾ ਗੁਰੂ ਗੋਬਿੰਦ ਸਿੰਘ ਦੀ ਚਰਨਛੋਪਾ ਪ੍ਰਾਪਤ ਧਰਤੀ ਹੈਗੀ ਆ ਤੁਸੀਂ ਸਾਥ ਦਿੱਤਾ ਪਹਿਲਾਂ ਧੰਨਵਾਦ ਇੱਥੇ ਮਰੀਜ਼ ਤਾਂ ਕੋਈ ਹੈ ਨਹੀਂਗਾ ਪਰ ਤੁਸੀਂ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਇਸ ਹਜੇ ਤੱਕ ਤਾਂ ਬਠਿੰਡਾ ਸ਼ਹਿਰ ਬਠਿੰਡਾ ਏਰੀਆ ਦੇ ਵਿੱਚ ਕੋਈ ਮਰੀਜ਼ ਨਹੀਂ ਆਇਆ ਤੇ ਲੋਕਾਂ ਨੂੰ ਅਪੀਲ ਬਸ ਇਹੀ ਆ ਵੀ ਆਪਣੇ ਘਰਾਂ ਦੇ ਵਿੱਚ ਰੋ ਸੁਰੱਖਿਅਤ ਰਹੋ ਤੇ ਆਪਣਾ ਆਲਾ ਦਵਾਲਾ ਸਾਫ਼ ਰੱਖੋ ਇੱਥੇ ਕੋਈ ਮਰੀਜ਼ ਨਹੀਂ ਆਇਆ ਜਿਹੜੇ ਕਵਾਰਟੇਨਰ ਕੀਤੇ ਗਏ ਸੀ ਜਿਹੜੇ ਇੱਥੇ ਰੱਖੇ ਗਏ ਨੇ ਆ ਜਿਹੜੇ ਆਸ-ਪਾਸੇ ਤੋਂ ਆਏ ਹੋਏ ਜਾਂ ਕਾਂਤਵਾਸਲੀ ਰੱਖੇ ਗਏ ਜਿਹੜੇ ਸੀ ਉਹਨਾਂ ਨੂੰ ਇੱਥੇ ਰੱਖੇਗਾ ਉੱਥੇ ਸੈਨੀਟਾਈਜ਼ਰ ਆਪਾਂ ਕਰਕੇ ਆ ਤੁਸੀਂ ਸੇਵਾ ਕੀਤੀ ਆ ਤੁਸੀਂ ਜਿਵੇਂ ਕੁਝ ਲੋਕ ਪ੍ਰਵਾਹ ਨਹੀਂ ਕਰਦੇਗੇ ਬਾਹਰ ਫਿਰਦੇ ਨੇ ਉਹਨਾਂ ਲਈ ਕੀ ਕਹਿਣਾ ਚਾਹੁੰਦੇ ਹੋ ਬਸ ਉਹਨਾਂ ਲੋਕਾਂ ਨੂੰ ਪਰਹੇਜ਼ ਕਰਨ ਵਾਸਤੇ ਕਹਿ ਸਕਦੇ ਹਾਂ ਸੀ ਤਾਂ ਵੀ ਉਹਨਾਂ ਨੂੰ ਬੇਨਾ ਜੇ ਕੁਇਕ ਐਮਰਜੈਂਸੀ ਕੰਮ ਆ ਫਿਰ ਤਾਂ ਆਪਾਂ ਬਾਹਰ ਜਾ ਸਕਦੇ ਆ ਚਲੋ ਠੀਕ ਹੈ ਜੇ ਆਪਾਂ ਨੂੰ ਸਰਦਾ ਤਾਂ ਰਹਿਣ ਦਿਓ ਲੋਕਾਂ ਨੂੰ ਅਈ ਅਪੀਲ ਕਰਦੇ ਆ ਵੀ ਆਪਣੇ ਘਰਾਂ ਦੇ ਵਿੱਚ ਰਹੋ ਬਾਹਰ ਜਿਵੇਂ ਇਕੱਠਤ ਵਗੈਰਾ ਤੋਂ ਪਰਹੇਜ਼ ਕਰੋ ਤੇ ਆਪਣੇ ਘਰਾਂ ਦੇ ਵਿੱਚ ਰਹੋ ਜਿਵੇਂ ਇੱਥੇ ਨਾ ਬਠਿੰਡਾ ਏਰੀਆ ਦੇ ਵਿੱਚ ਨਰਮੇ ਦੀ ਖੇਤੀ ਦਾ ਇੱਥੇ ਹੈਗਾ ਏਰੀਆ ਜਿੱਥੇ ਨਰਮੇ ਦੀ ਖੇਤੀ ਹੁੰਦੀ ਆ ਕੋਣ ਕਨਕਨੀਆਂ ਬਾਡੀਆਂ ਹੋ ਕੇ ਢੀਆਂ ਨੇ ਉਸ ਤੋਂ ਬਾਅਦ ਨਰਮੇ ਦਾ ਜਿਹੜਾ ਸੀਜ਼ਨ ਹੈ ਜਿਹੜਾ ਸ਼ੁਰੂਆਤੀ ਤੌਰ ਤੇ ਚੱਲ ਪਿਆ ਫਿਰ ਵੀ ਜਿਹੜੀ ਟਰੈਕਟਰਾਂ ਦੀ ਡਿਮਾਂਡ ਹੈ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਖਾਰਾ ਸਾਹਿਬ ਦਾ ਅਸ਼ਪਾਲ ਚਰਮਾਗੀ ਦਾ ਧੰਨਵਾਦ ਕਰਦੇ ਆਂ ਵਕੀਲ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਇੱਕ ਫੋਨ ਤੇ ਇੱਕ ਸੱਦੇ ਤੇ ਜਿੰਨਾ ਟਰੈਕਟਰ ਭੇਜਿਆ ਨਾਲ ਤਿੰਨ ਚਾਰ ਸੇਵਾਦਾਰ ਭੇਜੇ ਇੱਥੇ ਸੈਨੀਟਾਈਜ਼ਰ ਕਰਨ ਦੇ ਵਿੱਚ ਸਾਡੀ ਮਦਦ ਕੀਤੀ ਹੈ ਕਾਲ ਚੈਨਲ ਦੀ ਪੂਰੀ ਟੀਮ ਜਿਹੜੀ ਪਹੁੰਚੀ ਸੀ ਅਮਰਸਰ ਸਾਹਿਬ ਤੋਂ ਅਸੀਂ ਮੁਕਸਰ ਸਾਹਿਬ ਤੋਂ ਇਸ ਸੇਵਾ ਦੇ ਵਿੱਚ ਕੁਝ ਯੋਗਦਾਨ ਪਾਉਣ ਆਏ ਸੀ ਤੇ ਇਸੇ ਤਰ੍ਹਾਂ ਜਿਹੜਾ ਇੱਕੋ ਸਾਣਾ ਵੈਲਕਮ ਕੀਤਾ ਸਾਨੂੰ ਹੌਸਲਾ ਹੋਇਆ ਵੀ ਜਦੋਂ ਅਸੀਂ ਕਿਸੇ ਥਾਂ ਤੇ ਆਏ ਆ ਅੱਗੋਂ ਸਾਡਾ ਕੋਈ ਸਾਥ ਦੇਣ ਲਈ ਅੱਗੋਂ ਪੂਰਾ ਤੰਦੇਈ ਦੇ ਨਾਲ ਇੰਤਜ਼ਾਰ ਕਰ ਰਿਹਾ ਸੀ ਅਸੀਂ ਕੱਲ ਸ਼ਾਮ ਨੂੰ ਫੋਨ ਕੀਤਾ ਤੇ ਸਵੇਰ ਇਹ 10 ਵਜੇ ਦੇ ਕਰੀਬ ਵੀਰ ਜਿਹੜੇ ਸਨ ਸਾਰੇ ਪਹੁੰਚ ਗਏ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਨਾ ਸਾਰਿਆਂ ਦਾ ਤੇ ਜਿਵੇਂ ਇਹ ਸੇਵਾ ਕਰ ਰਹੇ ਨੇ ਪੂਰੀ ਤੰਦੇਈ ਦੇ ਨਾਲ ਕਰ ਰਹੇ ਨੇ ਸਾਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ ਇਸ ਮਹਾਮਾਰੀ ਤੋਂ ਬਚਣ ਲਈ ਸਾਨੂੰ ਜਿਸ ਤਰ੍ਹਾਂ ਦੇ ਵੀ ਉਪਰਾਲੇ ਕਰਨੇ ਚਾਹੀਦੇ ਨੇ ਸਾਰੇ ਉਪਰਾਲੇ ਕਰਤੇ ਤੇ ਕੁਝ ਕਹਿਣਾ ਚਾਹੁੰਦੇ ਹੋ ਅਖੀਰ ਦੇ ਵਿੱਚ ਬਸ ਅਸੀਂ ਆਕਾਲ ਚੈਨਲ ਦਾ ਦੁਆਰ ਦੁਬਾਰਾ ਤੋਂ ਫੇਰ ਚ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਸਾਡੇ ਏਰੀਏ ਦੇ ਵਿੱਚ ਸਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਨੂੰ ਆ ਕੇ ਸੈਨੀਟਾਈਜ਼ ਕੀਤਾ ਤੇ ਸਾਡਾ ਸਾਥ ਦਿੱਤਾ ਜੇ ਅਗਰ ਇਹਨਾਂ ਨੂੰ ਵੀ ਕਿਸੇ ਜਗ੍ਹਾ ਸਾਡੀ ਜ਼ਰੂਰਤ ਪੈਂਦੀ ਹੈ ਅਸੀਂ ਵੀ ਤੁਹਾਡੀ ਖਾਤਰ 24 ਘੰਟੇ ਹਾਜ਼ਰ ਹਾਂ ਬਹੁਤ ਬਹੁਤ ਧੰਨਵਾਦ ਹੈ ਸੰਨ ਸ਼ਰਮਾ ਜੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਉਮੀਦ ਕਰਦੇ ਹਾਂ ਅਸੀਂ ਤੁਹਾਨੂੰ ਇੱਥੇ ਅਜੇ ਕੋਈ ਸ਼ਹਿਰ ਬਾਕੀ ਆ ਅਸੀਂ ਉਹ ਵੀ ਸੈਨੀਟਾਈਜ਼ ਕਰ ਰਹੇ ਹਾਂ ਅਗਲੀਆਂ ਤਸਵੀਰਾਂ ਤੁਹਾਨੂੰ ਅਗਲੀ ਅਪਡੇਟ ਚ ਦਿਖਾਉਣੀਆਂ ਦਿਓ ਜੀ ਅੱਤਕਸਰੀ ਦਮਦਮਾ ਸਾਹਬ ਤੇ ਇਸ ਟਾਈਮ ਦੇ ਉੱਤੇ ਅਕਾਲ ਚੈਨਲ ਦੀ ਟੀਮ ਜਿਹੜੀ ਕੀ ਸੈਨੀਟਾਈਜ ਦੀ ਸੇਵਾ ਕਰ ਰਹੀ ਆ ਵੇਖ ਸਕਦੇ ਆ ਕਿ ਸਾਰੇ ਵਲੰਟੀਅਰ ਵੀਰ ਹਾਂ ਵੀਰ ਚਰਨਜੀਤ ਸਿੰਘ ਵੀ ਵੀ ਜਗਮੀਤ ਸਿੰਘ ਜਿਹੜੇ ਕੀ ਸਪੈਸ਼ਲ ਤੌਰ ਤੇ ਇੱਥੋਂ ਮੁਕਸਾ ਸਾਹਿਬ ਦੀ ਧਰਤੀ ਦੇ ਉੱਤੋਂ ਸਵਾਵਾ ਕਰਨ ਵਾਸਤੇ ਤੇ ਪਹੁੰਚੇ ਹੈਗੇ ਆ ਸੇਵਾ ਦੇ ਜਦੋਂ ਵੀ ਗੱਲ ਆਉਂਦੀ ਹੈਗੀ ਤੇ ਅਕਾਲ ਚੈਨਲ ਦੀ ਪੂਰੀ ਟੀਮ ਤਤਪਰ ਹੁੰਦੀ ਆ ਸੇਵਾ ਕਾਰਜਾਂ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਸਤੇ ਸਵੇਰ ਦੇ ਟਰੈਕਟਰ ਦੇ ਨਾਲ ਸ਼ਹਿਰ ਨੂੰ ਸੈਨੀਟਾਈਜ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਚਾਰ ਚਫੇਰੇ ਜੇ ਦਰਬਾਰ ਸਾਹਿਬ ਦੇ ਗਲਿਆਰੇ ਦੀ ਗੱਲ ਕਰੀਏ ਜਾਂ ਸ਼ਹੀਦਾ ਸਾਹਿਬ ਦੇ ਚਾਰ ਚਫੇਰੇ ਦੀ ਗੱਲ ਕਰਦੇ ਹਾਂ ਅੰਮ੍ਰਿਤਸਰ ਦੀ ਤੇ ਇੱਕ 2 ਦਿਨ ਉੱਥੇ ਪੂਰੇ ਅੰਮ੍ਰਿਤਸਰ ਸਹਿਰ ਨੂੰ ਸੈਨੀਟਾਈਜ਼ ਕੀਤਾ ਗਿਆ ਪਿੰਗਲਵਾੜੀ ਦੀ ਧਰਤੀ ਜਿਹੜਾ ਕਿ ਬਾਹਰ ਮਾਨਾਂ ਵਾਲੇ ਹੈ ਪਿੰਗਲਵਾੜਾ ਉਹਨੂੰ ਸੈਨੀਟਾਈਜ਼ ਕੀਤਾ ਗਿਆ ਤੇ ਅੱਜ ਤਖਤ ਸਿਰੀ ਦਮਦਮਾ ਸਾਹਿਬ ਵਿਖੇ ਇਹ ਸੁਭਾਗ ਮੌਕਾ ਪ੍ਰਾਪਤ ਹੋਇਆ ਸੈਨੀਟਾਈਜ਼ੀ ਸੇਵਾ ਕਰਨ ਦਾ ਤੇ ਪੂਰੀ ਅਕਾਲ ਚੈਨਲ ਦੀ ਟੀਮ ਇਹ ਦੇਖ ਸਕਦੇ ਆ ਕਿ ਪੰਪ ਪਾ ਕੇ ਮੋਢਿਆਂ ਦੇ ਉੱਤੇ ਆਪਣੇ ਹੱਥੀਂ ਇਹ ਕਾਰਜ ਕਰ ਰਹੇ ਆ ਸਾਰੇ ਵੀਰ ਹਾਂ ਵਲੰਟੀਅਰ ਵੀਰ ਹੈਗੇ ਆ ਅਕਾਲ ਚੈਨਲ ਦੀ ਟੀਮ ਜਿਹੜੀ ਕਿ ਹਮੇਸ਼ਾ ਹੀ ਸੁਆਮਾਂ ਦੇ ਵਿੱਚ ਵੱਡਾ ਯੋਗਦਾਨ ਪਾਇਆ ਵੀਰ ਜਗਮੀਤ ਸਿੰਘ ਮੁਕਸਰ ਸਾਹਿਬ ਤੋਂ ਚਰਨਜੀਤ ਸਿੰਘ ਜਮਸਰ ਤੋਂ ਮਹਾਜਨ ਜੀ ਅੰਮ੍ਰਿਤਸਰ ਤੋਂ ਪਹਿਲੀ ਵਾਰੀ ਸ਼ੈਨ ਤੁਹਾਨੂੰ ਸੇਵਾ ਦਾ ਮੌਕਾ ਮਿਲਿਆ ਸਾਡੇ ਨਾਲ ਕਰਨ ਦਾ ਕਿਮਤ ਲੱਗ ਰਿਹਾ ਮਹਾਂਜਨ ਜੀ ਬਹੁਤ ਵਧੀਆ ਲੱਗ ਰਿਹਾ ਜੀ ਖੁਸ਼ੀ ਆ ਹਾਂਜੀ ਹਾਂਜੀ ਆਪਕਾ ਸ੍ਰੀ ਦੰਦਮਾ ਸਾਹਿਬ ਤੇ ਤੁਸੀਂ ਆਏ ਹੋ ਹਾਂਜੀ ਇਤਿਹਾਸਕ ਸਥਾਨ ਦੇ ਉਤੇ ਸੇਵਾ ਕਰਨ ਦਾ ਮੌਕਾ ਮਿਲਿਆ ਕਿਵੇਂ ਸੋਚ ਰਿਹਾ ਬਹੁਤ ਵਧੀਆ ਸੋਚ ਰਿਹਾ ਸਰ ਹਾਂਜੀ ਹਾਂ ਬਿਲਕੁਲ ਜੀ ਤੋਂ ਸੇਵਾ ਦੀ ਗੱਲ ਹੁੰਦੀ ਹੈ ਤੇ ਹਮੇਸ਼ਾ ਹੀ ਆਪਾਂ ਜਾਣਦੇ ਹਾਂ ਕਿ ਕੋਈ ਵੀ ਸਿੱਖ ਹੋਵੇ Hindu ਹੋਵੇ ਮੁਸਲਮਾਨ ਹੋਵੇ ਉਹਨਾਂ ਨੂੰ ਵਲੰਟੀਅਰ ਤੌਰ ਤੇ ਸੇਵਾਵਾਂ ਕਰਨ ਦਾ ਮਾਣ ਪ੍ਰਾਪਤ ਹੁੰਦਾ ਸਾਡੇ ਨਾਲ ਮਹਾਂਜਨ ਜੀ ਜਿਹੜੇ ਕਿ ਅੰਮ੍ਰਿਤਸਰ ਤੋਂ ਸਪੈਸ਼ਲ ਤੌਰ ਤੇ ਸਾਡੇ ਨਾਲ ਜੇ ਅਮਰਸਰ ਦੀ ਧਰਤੀ ਦੀ ਗੱਲ ਕੀਤੀ ਸੀ ਤੇ ਅੱਗੇ ਚੱਲ ਕੇ ਉਹਨਾਂ ਨੇ ਵੱਡਾ ਯੋਗਦਾਨ ਪਾਇਆ ਸੇਵਾ ਦੇ ਵਿੱਚ ਤੇ ਅੱਜ ਵੀ ਇੱਥੇ ਆਪਣਾ ਯੋਗਦਾਨ ਪਾ ਰਹੇ ਆ ਜਗਮੀਤ ਸਿੰਘ ਸਾਡੇ ਨਾਲ ਜੁੜੇ ਹੈਗੇ ਆ ਜਗਮੀਤ ਵਾਲਾ ਮੈਂ ਦੁਬਾਰਾ ਚੱਲੂੰਗਾ ਕਿਉਂਕਿ ਲੰਬੇ ਸਮੇਂ ਤੋਂ ਕਾਲ ਚੈਨਲ ਦੀ ਟੀਮ ਦਾ ਇੱਕ ਹਿੱਸਾ ਹੈਗੇ ਆ ਜਗਮੀਤ ਸਿੰਘ ਜਗਮੀਤ ਕਿਵੇਂ ਦਾ ਮਹਿਸੂਸ ਕਰ ਰਹੇ ਆ ਤੁਸੀਂ ਅੱਜ ਤਖਸਰੀ ਦੰਦਮਾ ਸਾਹ ਤੇ ਚੈਨਲ ਦੀ ਟੀਮ ਜੋ ਸੇਵਾਵਾਂ ਦੇ ਰਹੀ ਆ ਸਵੇਰ ਤੋਂ ਟਰੈਕਟਰ ਨਾਲ ਸੇਵਾ ਕੀਤੀ ਗਈ ਸੀ ਸਪਰੇਅ ਦੀ ਹੁਣ ਤੁਸੀਂ ਮੋਢੇ ਦੇ ਪੰਪ પા ਕੇ ਸੇਵਾ ਕਰ ਰਹੇ ਆ ਜੀ ਬਹੁਤ ਵਧੀਆ ਲੱਗ ਰਿਹਾ ਸਭ ਤੋਂ ਪਹਿਲਾਂ ਸਾਰੇ ਹੀ ਸਰੋਤਿਆਂ ਦਾ ਨਿੱਗਾ ਸਵਾਗਤ ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਧੀਆ ਲੱਗਦਾ ਜੀ ਜਿਵੇਂ ਸਵਾਵਾਾਂ ਕੀਤੀਆਂ ਅੱਜ ਇੱਥੇ ਪਹਿਲਾਂ ਆਪਾਂ ਟਰੈਕਟਰਾਂ ਦੇ ਨਾਲ ਸੇਵਾ ਕਰ ਰਹੇ ਸੀ ਜਿਵੇਂ ਵੀ ਇੱਥੇ ਕੀਤੇ ਕਾਲਜ ਕੀਤਾ ਉੱਥੇ ਭਾਈ ਸਾਹਿਬਕਰ ਮਾਤਾ ਸਾਹਿਬਕਰ ਸੌਰੀ ਕਾਲਜ ਕਰਕੇ ਆਏ ਉਸ ਤੋਂ ਬਾਅਦ ਬਜ਼ਾਰਾ ਵੀ ਕੀਤਾ ਕੁਝ ਇਥੋਂ ਟਰੈਕਟਰਾਂ ਦੀ ਸਵਾਵਾਾਂ ਲਈਆਂ ਸਨ ਫੋਨ ਕੀਤੇ ਲੋਕਲ ਵੀਰ ਸੱਦੇ ਸਨ ਜਿਵੇਂ ਹੁਣ ਉੱਥੇ ਗਲੀਆਂ ਸ਼ਹਿਰ ਦੀਆਂ ਬਜ਼ਾਰਾਂ ਦੇ ਚੌਂਕ ਸੈਨੀਟਾਈਜ਼ਰ ਕੀਤੇ ਜਾ ਰਹੇ ਸਨ ਇਸੇ ਤਰ੍ਹਾਂ ਹੁਣ ਇੱਥੇ ਜਿੱਥੇ ਟਰੈਕਟਰ ਦੀ ਵਰਤੋਂ ਨਹੀਂ ਹੋ ਸਕਦੀ ਸੀ ਗੁਰਦੁਆਰੇ ਦੇ ਅੰਦਰਲਾ ਜਿੱਥੇ ਹੈਗਾ ਸੀ ਜਿੱਦੋਂ ਵੱਧ ਟਰੈਕਟਰ ਨਹੀਂ ਆ ਸਕਦਾ ਸੀ ਉਹਨਾਂ ਥਾਵਾਂ ਤੇ ਹੈਂਡ ਪੰਪ ਪਾ ਕੇ ਮੋਢਿਆਂ ਤੇ ਉਹਨਾਂ ਰਾਹੀਂ ਸਵਾਵਾਾਂ ਕੀਤੀਆਂ ਜਾ ਰਹੀਆਂ ਨੇ ਵਧੀਆ ਲੱਗ ਰਿਹਾ ਹੈ ਸਾਡੇ ਨਾਲ ਭਾਈ ਚਰਨਜੀਤ ਸਿੰਘ ਜੀ ਸਵਾਵਾਾਂ ਦੇ ਰਹੇ ਨੇ ਹੋਰ ਵੀ ਬਹੁਤ ਸਾਰੇ ਸਾਡੇ ਨਾਲ ਸਵਾਵਾਾਂ ਦੇ ਵਿੱਚ ਜੁੜੇ ਹੋਏ ਨੇ ਇੱਥੇ ਜਿਵੇਂ ਪਹਿਲਾਂ ਕੋਈ ਇੱਥੇ ਮੇਰੇ ਹਿਸਾਬ ਨਾਲ ਇੱਥੇ ਸੈਨੀਟਾਈਜ਼ ਕਰਨ ਨਹੀਂ ਆਇਆ ਸੀ ਜਿਵੇਂ ਇਸ ਕਾਲਜ ਦੇ ਵਿੱਚ ਗਿਆ ਤੇ ਉਹਨਾਂ ਕਿਹਾ ਕਿ ਇਧਰ ਭਾਜੀ ਦਫ਼ਤਰ ਵੀ ਕਰਜੋ ਜਾਂ ਹੋਰ ਵੀ ਕਰਜੋ ਪ੍ਰਸ਼ਾਸਨ ਵੱਲੋਂ ਮੈਨੂੰ ਲੱਗਦਾ ਨਹੀਂ ਇੱਥੇ ਕੋਈ ਜ਼ਿਆਦਾ ਸੰਯੋਗ ਰਿਆ ਹੋਵੇਗਾ ਇਸੇ ਕਰਕੇ ਉਹ ਜ਼ਿਆਦਾ ਕਰ ਰਐ ਸੀ ਕਿ ਸਾਡੇ ਕਮਰੇ ਪ੍ਰਿੰਸੀਪਲ ਦਾ ਕਮਰਾ ਉਹਨਾਂ ਵਿੱਚ ਵੀ ਸੰਯੋਗ ਦਿੱਤਾ ਜਾਵੇ ਹੋਰ ਵੀ ਇੱਥੇ ਕਾਫੀ ਬਾਕੀ ਇੱਥੇ ਮਰੀਜ਼ ਦੀ ਗਿਣਤੀ ਨਹੀਂ ਹੈਗੀ ਬਹੁਤ ਵਧੀਆ ਗੱਲ ਹੈ ਗੁਰੂ ਸਰਾਂ ਦੀ ਪਾਣ ਚਰਨਸ਼ੋਪ ਪ੍ਰਾਪਤ ਧਰਤੀ ਆ ਬਾਬਾ ਦੀਪ ਸਿੰਘ ਜੀ ਦੀ ਚਰਨਸ਼ੋਪ ਪ੍ਰਾਪਤ ਧਰਤੀ ਆ ਇੱਥੇ ਬੈਠ ਕੇ ਉਹਨਾਂ ਨੇ ਵੀਰ ਲਿਖੀ ਸੀ ਤੇ ਇੱਥੇ ਬਹੁਤ ਵਧੀਆ ਸਥਾਨ ਹੈਗਾ ਜੇ ਕਿ ਮਰੀਜ਼ ਨਹੀਂ ਆਇਆ ਤਾਂ ਬਹੁਤ ਵਧੀਆ ਗੱਲ ਹੈ ਗ੍ਰੀਨ ਜ਼ੋਨ 'ਚ ਸ਼ਹਿਰ ਆਉਂਦਾ ਬਠਿੰਡਾ ਸ਼ਹਿਰ ਸਾਰਾ ਹੀ ਤਕਰੀਬਨ ਵਧੀਆ ਇੱਕ ਗ੍ਰੀਨ ਸ਼ਹਿਰ ਚ ਆਉਂਦਾ ਤੇ ਇੱਥੇ ਕੋਈ ਮਰੀਜ਼ ਦੀ ਗਿਣਤੀ ਘਟਾਉਣ ਕਰਕੇ ਇੱਥੇ ਥੋੜੀ-ਬਹੁਤੀ ਅੱਜ ਛੋਟ ਵੀ ਦਿੱਤੀ ਗਈ ਆ ਅੱਜ ਤਕਰੀਬਨ 6 ਤੋਂ ਲੈ ਕੇ 8 ਵਜੇ ਤੱਕ ਦੁਕਾਨਾਂ ਖੋਲਣ ਦਾ ਜਿਹੜਾ ਸਮਾਂ ਵੀ ਦਿੱਤਾ ਗਿਆ ਸੀਗਾ ਕਿ ਇੱਥੇ ਦੁਕਾਨਾਂ ਖੋਲ ਕੇ ਜੇ ਕਿਸੇ ਨੇ ਜ਼ਰੂਰੀ ਵਸਤਾਂ ਖਰੀਦਣੀਆਂ ਨੇ ਤੇ ਉਹ ਖਰੀਦ ਸਕਦਾ ਹੈ ਅਸੀਂ ਉੱਥੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਸੀ ਮੁਲਾਜ਼ਮ ਬੈਠੇ ਹੋਏ ਸਨ ਪੁਲਿਸ ਵਾਲੇ ਦੇ ਦੋਸਤੋਂ ਅਕਸਰ ਆਉਂਦੇ ਸਵੇਰ ਆਉਂਨਾਂ ਨੂੰ ਪੁੱਛਿਆ ਵੀ ਇੱਥੇ ਦਾ ਕਿਦਾਂ ਦਾ ਮਾਹੌਲ ਓਨ ਦੱਸਿਆ ਕਿ ਇੱਥੇ ਜਿਹੜੀ ਕੁਛ ਛੋਟ ਦਿੱਤੀ ਗਈ ਆ ਬਾਕੀ ਇੱਥੇ ਵੱਡਾ ਸ਼ਹਿਰ ਹੋਣ ਕਰਕੇ ਹਸਪਤਾਲ ਜਿਆਦਾ ਨੇ ਫਿਰ ਵੀ ਪਟੰਡਾ ਦੇ ਵਿੱਚ ਇੱਥੇ ਕਾਫੀ ਜਿਹੜੇ ਲੋਕਾਂ ਨੂੰ ਮਜਬੂਰੀ ਪੈ ਜਾਂਦੀ ਹੈ ਜਿਵੇਂ ਨੇੜੇ ਲੱਗਦੇ ਮਾਲਵੇ ਦੇ ਖੇਤਰ ਦੇ ਵਿੱਚ ਹੋਰ ਕੋਈ ਵੱਡਾ ਹਸਪਤਾਲ ਨਹੀਂ ਹੈਗੇ ਇੱਥੇ ਆਉਣਾ ਪੈਂਦਾ ਤਾਂ ਇੱਥੇ ਪਹੁੰਚਦੇ ਨੇ ਵਧੀਆ ਲੱਗਦਾ ਜਿਵੇਂ ਅੱਜ ਇੱਥੇ ਗੁਰਬਾਣੀ ਦਾ ਆਗਾਜ਼ ਹੋ ਰਿਹਾ ਹੈ ਸ਼ਬਦ ਚੱਲ ਰਹੇ ਨੇ ਨਾਲ-ਨਾਲ ਸੇਵਾ ਦਾ ਮੌਕਾ ਮਿਲਿਆ ਬਹੁਤ ਵਧੀਆ ਮਹਿਸੂਸ ਹੋ ਰਿਹਾ ਤੀਂਦਰਪਾ ਜੀ ਇੱਥੇ ਪਹੁੰਚ ਕੇ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ